ਸੁਖਪ੍ਰੀਤ ਸਿੰਘ ਜੀ ਉੱਗੋ ਕਿ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਇਹ ਖੁਦ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਨੇ। ਇਹਨਾਂ ਵੱਲੋਂ ਸਿੱਖ ਪੰਥ ਦੇ ਉਹਨਾਂ ਛੁਪੇ ਹੋਏ ਤੱਥਾਂ ਬਾਰੇ ਖੋਜ ਕੀਤੀ ਅਤੇ ਉਹਨਾਂ ਤੱਥਾਂ ਨੂੰ ਆਪਣੇ ਕਿਤਾਬਾਂ ਦੇ ਰਾਹੀਂ, ਆਪਣੇ ਲੇਖਾਂ ਦੇ ਰਾਹੀਂ ਸਿੱਖ ਪੰਥ ਦੇ ਸਾਹਮਣੇ ਰੱਖਿਆ। ਇਹ ਕਿਤਾਬਾਂ ਤੱਕ ਹੀ ਸੀਮਿਤ ਨਹੀਂ ਰਹੇ, ਇਹਨਾਂ ਵੱਲੋਂ ਵਿਦੇਸ਼ਾਂ ਦੇ ਵਿੱਚ ਜਾ ਕੇ, ਗੁਰੂ ਘਰਾਂ ਦੇ ਵਿੱਚ ਜਾ ਕੇ ਸਿੱਖ ਧਰਮ ਨਾਲ ਸੰਬੰਧਿਤ ਗੋਸ਼ਟੀਆਂ ਕੀਤੀਆਂ ਗਈਆਂ, ਵਿਚਾਰ ਚਰਚਾਵਾਂ ਕੀਤੀਆਂ ਗਈਆਂ ਅਤੇ ਉਹ ਤੱਥ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਜਿਨ੍ਹਾਂ ਤੱਥਾਂ ਬਾਰੇ ਸਿੱਖ ਪੰਥ ਜਾਣੂ ਨਹੀਂ ਸੀ। ਸਾਡੀ ਖੁਸ਼ਨਸੀਬੀ ਹੈ ਸੁਖਪ੍ਰੀਤ ਸਿੰਘ ਜੀ ਉੱਗੋ ਕਿ ਜੋ ਸਪੈਸ਼ਲ ਤੌਰ 'ਤੇ ਆਸਟ੍ਰੇਲੀਆ ਪਹੁੰਚੇ ਹੋਏ ਅਤੇ ਉਹਨਾਂ ਨੇ ਇੰਡੋਸ ਟੀਵੀ ਆਸਟ੍ਰੇਲੀਆ ਨਾਲ ਖਾਸ ਤੌਰ 'ਤੇ ਗੱਲਬਾਤ ਕੀਤੀ ਅਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਸੁਖਪ੍ਰੀਤ ਸਿੰਘ ਜੀ ਉੱਗੋ ਕੇ ਜੀ ਪਾਸ ਅਤੇ ਕਰਦੇ ਹਾਂ ਉਹਨਾਂ ਨਾਲ ਇੱਕ ਖਾਸ ਗੱਲਬਾਤ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ ਵੀਰ ਜੀ ਜੀ। ਅਤੇ ਡਾਕਟਰ ਸਾਹਿਬ, ਆਪਾਂ ਸਟਾਰਟਿੰਗ ਕਰਦੇ, ਜਿਵੇਂ ਮੈਂ ਕਿਹਾ ਵੀ ਆਪਾਂ ਗਿਆਨ ਤੋਂ ਹੀ ਸਿੱਧੀ ਗੱਲ ਕਰਦੇ ਹਾਂ, ਕਿਉਂਕਿ ਸਾਡੇ ਦਰਸ਼ਕ ਜਾਣਦੇ ਨਹੀਂ ਤੁਹਾਡੇ ਬਾਰੇ। ਬਹੁਤ ਸਾਰੀਆਂ ਤੁਹਾਡੀਆਂ ਸਪੀਚ ਜਿਹੜੀਆਂ ਯੂਟਿਊਬ ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਨੇ। ਡਾਕਟਰ ਸਾਹਿਬ, ਜਿਹੜੀ ਤੁਹਾਡੀਆਂ ਜਿਹੜੀਆਂ ਰਚਨਾਵਾਂ ਨੇ, 7 ਕਿਤਾਬਾਂ ਦੇ ਤੁਸੀਂ ਰਚੇਤਾ ਹੋ, ਅਤੇ ਉਹਦੇ ਵਿੱਚ ਜਿਹੜੀ ਮੁੱਖ ਸਮੱਸਿਆ ਸਾਰੀ ਜੜ੍ਹ ਆ ਇਸ ਉਲਝੇ ਹੋਏ ਸਮਾਜਿਕ ਤਾਣੇ ਬਾਣੇ ਦੀ, ਉਹ ਹੈਗੀ ਬੇਪਰਵਾਦ ਜੀ। ਬੇਪਰਵਾਦ ਦੇ ਬਾਰੇ ਕਾਫ਼ੀ ਤੁਸੀਂ ਲਿਖਿਆ, ਤਵੇ ਰੋਸ ਜਾਗਿਓ ਦੇ ਵਿੱਚ ਕਾਫ਼ੀ ਤੁਸੀਂ ਐਕਸਪਲੇਨ ਦੇ ਵਿੱਚ ਇਹਦੇ ਬਾਰੇ ਗੱਲਾਂ ਬਾਤਾਂ ਕੀਤੀਆਂ, ਅਤੇ ਮੈਂ ਚਾਹੁੰਦਾ ਵੀ ਤੁਸੀਂ ਵੀ ਦੱਸੋ ਵੀ ਸਿੱਖੀਜ਼ਮ ਜਿਹਦੇ ਵਿੱਚ ਕਿ ਜਿਹੜਾ ਇਹ ਮੰਨਦਾ ਆ ਕਿ ਇਹ ਚੀਜ਼ਾਂ ਦੇ ਵਿਰੋਧ ਦੇ ਵਿੱਚ ਉਤਪੰਨ ਹੋਇਆ ਸਾਡਾ ਜਿਹੜਾ ਧਰਮ ਸਿੱਖੀਜ਼ਮ, ਅਤੇ ਫਿਰ ਇਹਦੀ ਘੁਸਪੈਠ ਕਿੱਦਾਂ ਹੋ ਗਈ, ਕੀ ਮੰਨਦੇ ਹੋ ਤੁਸੀਂ? ਵੇਖੋ ਸਰਦਾਰ ਦਲਜੀਤ ਸਿੰਘ ਜੀ, ਤੁਹਾਡੇ ਇਸ ਇੰਡੋਸ ਟੀਵੀ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਦਰਸ਼ਕਾਂ ਦੇ ਨਾਲ ਇਸ ਗੱਲ ਨੂੰ ਸਾਂਝਾ ਕਰਨਾ ਚਾਹੁੰਦਾ ਹੈ, ਕਿਉਂਕਿ ਮੈਂ ਜ਼ਿਆਦਾ ਜਦੋਂ RSS ਦੇ ਉੱਪਰ ਜਾਂ ਵਿਪਰਵਾਦ ਦੇ ਉੱਪਰ ਜਿੰਨੇ ਵੀ ਵਿਖਿਆਨ ਦਿੱਤੇ ਨੇ ਉਹਨਾਂ ਦੇ ਕਰਕੇ ਅਕਸਰ ਮੇਰੇ ਪ੍ਰਤੀ ਜਿਹੜਾ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਇੱਕ ਨਜ਼ਰੀਆ ਹੈ, ਉਹੀ ਹੈ ਕਿ ਸ਼ਾਇਦ ਇਹਦਾ ਸਬਜੈਕਟ ਸਿਰਫ ਵਿਪਰਵਾਦ ਹੈ। ਅਤੇ ਜਦੋਂ ਅਸੀਂ ਵਿਪਰਵਾਦ ਨੂੰ ਡਿਫਾਈਨ ਕਰਦੇ ਹਾਂ, ਉਸਨੂੰ ਪਰਿਭਾਸ਼ਿਤ ਕਰਦੇ ਹਾਂ, ਤਾਂ ਕਈ ਵਾਰੀ ਮਨੁੱਖ ਦੀ ਮਾਨਸਿਕਤਾ ਦੇ ਵਿੱਚ ਸਿਰਫ ਇੱਕ ਸ਼ਬਦ ਆ ਜਾਂਦਾ ਕਿ ਸ਼ਾਇਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਹਿੰਦੂ ਧਰਮ ਦੀ ਵਿਰੋਧਤਾ ਕਰ ਰਹੇ ਨੇ। ਪਰ ਮੈਂ ਹਿੰਦੂਇਜ਼ਮ ਨੂੰ ਅਤੇ ਵਿਪਰਵਾਦ ਨੂੰ ਦੋ ਵੱਖ ਵੱਖ ਰੂਪਾਂ ਦੇ ਵਿੱਚ ਵੇਖਦਾ। ਵੇਖੋ, ਜਿਹੜੀ ਸਾਰੀ ਹਿੰਦੂ ਕਮਿਊਨਿਟੀ ਹੈ ਉਹ ਜ਼ਰੂਰੀ ਨਹੀਂ ਹੈ ਕਿ ਉਹ ਵਿਪਰਵਾਦ ਦੀਆਂ ਪੋਲਿਸੀਜ਼ ਨੂੰ ਫੋਲੋ ਕਰ ਰਹੀ ਹੈ। ਜਦੋਂ ਅਸੀਂ ਵਿਪਰਵਾਦ ਦੀ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਅੱਜ ਜੇ 1925 ਦੇ ਵਿੱਚ RSS ਵਰਗੀ ਜਥੇਬੰਦੀ ਅਸਟੈਬਲਿਸ਼ ਹੁੰਦੀ ਹੈ, ਜਿਹੜੀ ਕਦੇ ਪਹਿਲਾਂ ਹਿੰਦੂ ਮਹਾਂਸਭਾ ਸੀ, ਅਤੇ ਉਹਦੇ ਤੋਂ ਬਾਅਦ ਹੀ ਜਿਹੜੀ ਵਿਪਰਵਾਦ ਦੀ ਘੁਸਪੈਠ ਹੈ ਜਾਂ ਉਹਦੀ ਜਿਹੜੀ ਇਨਵੇਜ਼ਨ ਹੈ ਉਹ ਸਿੱਖਾਂ ਦੇ ਵਿੱਚ ਸ਼ੁਰੂ ਹੋਈ ਹੈ। ਨਹੀਂ, ਇੰਝ ਨਹੀਂ ਹੈ। ਮੈਨੂੰ ਇੰਝ ਲੱਗਦਾ ਹੈ ਕਿ ਵਿਪਰਵਾਦ ਇੱਕ ਆਪਣੇ ਆਪ ਨੂੰ ਮਨੁੱਖਤਾ ਦੇ ਵਿੱਚ ਇੱਕ ਸਪਿਰਿਟੀ, ਤੁਸੀਂ ਕਹਿ ਸਕਦੇ ਹੋ ਕਿ ਇੱਕ ਉੱਚਤਾ ਹੋਣ ਦਾ, ਜਿਹੜਾ ਬਾਕੀ ਮਨੁੱਖਾਂ ਦੇ ਨਾਲੋਂ ਜਿਹੜਾ ਉੱਚੇ ਹੋਣ ਦਾ ਅਹਿਸਾਸ, ਅਤੇ ਬਾਕੀ ਆਪਣੇ ਤੋਂ ਬਿਨਾਂ ਬਾਕੀ ਲੋਕਾਂ ਨੂੰ ਜਿਹੜਾ ਨੀਵੇਂ ਰੱਖਣ ਦਾ ਜਾਂ ਦਬਾ ਕੇ ਰੱਖਣ ਦੀ ਜਿਹੜੀ ਵਿਚਾਰਧਾਰਾ ਸੀ ਉਹ ਵਿਪਰਵਾਦ ਹੈ। ਜਿਹਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਵਰਨ ਬ੍ਰਾਹਮਣ ਦਾ ਬਹੁਤ ਵੱਡਾ ਯੋਗਦਾਨ ਸੀ, ਜਿਹਦੇ ਪਿੱਛੇ ਵਿਚਾਰਧਾਰਾ ਖੜੀ ਸੀ ਮਨੂਵਾਦ ਦੀ, ਜਿਹਦੇ ਪਿੱਛੇ ਵਿਚਾਰਧਾਰਾ ਖੜੀ ਸੀ ਚਾਣਕਿਆ ਦੀ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਸਿੱਖੀ ਦੇ ਵਿੱਚ ਘੁਸਪੈਠ ਕਿਵੇਂ ਹੋਈ, ਤਾਂ ਮੈਨੂੰ ਇੰਝ ਲੱਗਦਾ ਹੈ ਕਿ ਸ਼ਾਇਦ ਉਸ ਘੁਸਪੈਠ ਦੀ ਜਿਹੜੀ ਆਰੰਭਤਾ ਹੈ ਉਸੇ ਵੇਲੇ ਹੀ ਹੋ ਗਈ ਜਦੋਂ ਗੁਰੂ ਨਾਨਕ ਸਾਹਿਬ ਨੇ ਵਿਪਰਵਾਦ ਦੇ ਸਭ ਤੋਂ ਪਹਿਲੇ ਸੰਸਕਾਰ ਜਨੇਊ ਸੰਸਕਾਰ ਤੋਂ ਇਨਕਾਰ ਕਰ ਦਿੱਤਾ। ਕਿਉਂ? ਉਹ ਜਿਹੜਾ ਜਨੇਊ ਸੰਸਕਾਰ ਸੀ ਉਹਦੀ ਸੁਪਰਵੇਸੀ ਜਿਹੜੀ ਆ ਉਹਦੀ ਉੱਚ ਜਾਤੀ ਦਾ ਪ੍ਰਤੀਕ ਸੀ, ਉਹਦਾ ਸਿੰਬਲ ਸੀ, ਅਤੇ ਗੁਰੂ ਨਾਨਕ ਸਾਹਿਬ ਨੇ ਜਿਸ ਕੰਸਟਰਕਟਿਵ ਔਰ ਪੋਜ਼ਿਟਿਵ ਵੇ ਦੇ ਵਿੱਚ ਉਸਨੂੰ ਕੰਡੈਮ ਕੀਤਾ ਜਾਂ ਜਿਹੜਾ ਉਹਦਾ ਖੰਡਨ ਕੀਤਾ, ਮੇਰੇ ਖਿਆਲ ਨਾਲ ਇਹ ਵਿਪਰਵਾਦ ਦੇ ਉੱਪਰ ਬੜੀ ਵੱਡੀ ਚੋਟ ਸੀ। ਬੇਸ਼ੱਕ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਪਰਵਾਦ ਉਸ ਝੂਠ ਤੋਂ ਪ੍ਰਭਾਵਿਤ ਨਹੀਂ ਹੋਇਆ, ਵਿਪਰਵਾਦ ਦਾ ਇੱਕ ਰੂਪ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਕਬੂਲਿਆ, ਅਤੇ ਦੂਸਰਾ ਉਹਦਾ ਉਹ ਰੂਪ ਸੀ ਜਿਹੜਾ ਸ਼ੁਰੂ ਤੋਂ ਉਸ ਵਿਰੋਧ ਦੇ ਵਿੱਚ ਖੜਾ ਹੋਇਆ। ਸੋ ਜੇਕਰ ਮੈਂ ਇਤਿਹਾਸਿਕ ਸਰੋਤਾਂ ਦੇ ਵਿੱਚ ਘੁਸਪੈਠ ਦੀ ਗੱਲ ਕਰਾਂ, ਅਤੇ ਮੇਰਾ ਸੰਬੰਧ ਇਤਿਹਾਸਕਾਰੀ ਦੇ ਨਾਲ ਹੈ, ਅਤੇ ਕਈ ਵਾਰੀ ਜਦੋਂ ਅਸੀਂ ਪੁਰਾਤਨ ਸਰੋਤਾਂ ਦੇ ਵਿੱਚੋਂ ਹਵਾਲੇ ਦਿੰਦੇ ਹਾਂ, ਤਾਂ ਜਿਹੜੇ ਵੀਰਾਂ ਨੇ ਜੇ ਨਵੇਂ ਨਵੇਂ ਸਰੋਤ ਪੜ੍ਹੇ ਹੁੰਦੇ ਨੇ ਨਾ, ਸਾਨੂੰ ਸਵਾਲ ਕਰਦੇ ਨੇ ਜੀ ਤੁਸੀਂ ਐਸ ਗ੍ਰੰਥ 'ਚੋਂ ਹਵਾਲਾ ਦਿੱਤਾ ਇਹ 'ਚ ਤਾਂ ਬ੍ਰਾਹਮਣਵਾਦ ਆ, ਐਸ ਗ੍ਰੰਥ 'ਚੋਂ ਹਵਾਲਾ ਦਿੱਤਾ ਇਹ 'ਚ ਤਾਂ ਬ੍ਰਾਹਮਣਵਾਦ ਆ, ਤੁਸੀਂ ਐਸ ਸੋਰਸ ਦੀ ਵਰਤੋਂ ਕੀਤੀ ਇਹ 'ਚ ਤਾਂ ਸਿੱਖਾਂ ਬਾਰੇ ਆਹ ਲਿਖਿਆ, ਅਤੇ ਮੈਂ ਕਹਿੰਦਾ ਹੁੰਦਾ ਕਿ ਮੈਨੂੰ ਇੱਕ ਵੀ ਸਰੋਤ ਦੱਸ ਦਿਓ ਜਿਹਦੇ ਵਿੱਚ ਮਿਲਗੋਬਾ ਨਹੀਂ ਹੈ ਜੀ।
ਸੋ ਇਹਦਾ ਮਤਲਬ ਇਹ ਹੈ ਕਿ ਜੇ ਸਾਨੂੰ ਇਹ ਪਤਾ ਹੈ ਕਿ ਵਿਪਰਵਾਦ ਦੀ ਜਿਹੜੀ ਆ ਸਿੱਖ ਇਤਿਹਾਸਕ ਸਰੋਤਾਂ ਦੇ ਵਿੱਚ ਜਿਹੜੀ ਮਿਸਇੰਟਰਪ੍ਰੀਟੇਸ਼ਨ ਦੀ ਪ੍ਰਕਿਰਿਆ ਸਾਡੇ ਸਕ੍ਰਿਪਚਰ ਦੇ ਵਿੱਚ ਜੇ ਇੰਨੀ ਪੁਰਾਣੀ ਸ਼ੁਰੂ ਹੋ ਚੁੱਕੀ ਹੈ ਤਾਂ ਸਾਨੂੰ ਵੀ ਕਿਤੇ ਨਾ ਕਿਤੇ ਉਸ ਮਾਨਸਿਕਤਾ ਦੇ ਵਿੱਚੋਂ ਸਮਝਣਾ ਪਵੇਗਾ ਕਿ ਕਿਹੜੀਆਂ ਗੱਲਾਂ ਗੁਰਮਤਿ ਅਨੁਸਾਰੀ ਨੇ, ਕਿਹੜੀਆਂ ਗੱਲਾਂ ਅਸੀਂ ਸੰਗਤ ਦੇ ਵਿੱਚ ਸਾਂਝੀਆਂ ਕਰ ਸਕਦੇ ਹਾਂ, ਕਿਹੜੇ ਸਾਡੇ ਸਰੋਤਾਂ ਨੂੰ ਐਡਿਟ ਕਰਨ ਦੀ ਲੋੜ ਹੈ, ਉਹਦਾ ਐਡੀਟਿੰਗ ਦਾ ਕ੍ਰਾਈਟੀਰੀਆ ਕੀ ਹੋਵੇ, ਅਤੇ ਅਸੀਂ ਆਪਣੇ ਇਤਿਹਾਸ ਨੂੰ ਸਮਝਣਾ ਕਿਵੇਂ ਹੈ ਗੁਰਮਤਿ ਨਜ਼ਰੀਏ ਦੇ ਵਿੱਚ। ਸੋ ਵਿਪਰਵਾਦ ਨੂੰ ਜਦੋਂ ਅਸੀਂ ਪਰਿਭਾਸ਼ਿਤ ਕਰਦੇ ਹਾਂ ਤਾਂ ਮੈਂ ਬੜੇ ਸੌਖੇ ਸ਼ਬਦਾਂ ਦੇ ਵਿੱਚ ਜੇ ਕਹਿ ਸਕਾਂ ਕਿ ਉਹ ਮਾਨਸਿਕਤਾ ਜਿਹੜੀ ਆਪਣੇ ਤੋਂ ਬਿਨਾਂ ਬਾਕੀ ਲੋਕਾਂ ਨੂੰ ਜਾਤੀਵਾਦ, ਕਰਮਕਾਂਡ, ਮੂਰਤੀ ਪੂਜਾ, ਵਹਿਮਾਂ ਭਰਮਾਂ ਅਤੇ ਹੋਰ ਇਹੋ ਜਿਹੇ ਕਰਮਕਾਂਡਾਂ ਦੇ ਵਿੱਚ ਉਲਝਾ ਕੇ ਆਪਣੀ ਧਾਰਮਿਕ ਸੱਤਾ ਕਾਬਜ਼ ਕਰਨਾ ਚਾਹੁੰਦੀ ਹੈ। ਹੁਣ ਵਿਪਰਵਾਦ ਨੂੰ ਜਦੋਂ ਅਸੀਂ ਕਈ ਵਾਰੀ ਵੇਖਦੇ ਹਾਂ ਨਾ ਕਿ ਜਿਹੜਾ ਸਾਡਾ ਸਿੱਖ ਪ੍ਰਚਾਰਕ ਵਰਗ ਹੈ ਉਹ ਵਿਪਰਵਾਦ ਨੂੰ ਇੱਕ ਕੱਟੜ ਰੂਪ ਦੇ ਵਿੱਚ ਲੈਂਦਾ, ਮੈਂ ਸੋਚਦਾ ਕੱਟੜ ਨਹੀਂ ਹੈ, ਉਹਦੇ 'ਚ ਬਹੁਤ ਵੱਡੀ ਫਲੈਕਸੀਬਿਲਟੀ ਹੈ, ਬਹੁਤ ਜ਼ਿਆਦਾ ਫਲੈਕਸੀਬਿਲਟੀ ਹੈ। ਤੁਸੀਂ ਕਹਿ ਸਕਦੇ ਹੋ ਕਿ ਉਹਦੇ 'ਚ ਇੰਨੀ ਫਲੈਕਸੀਬਿਲਟੀ ਹੈ ਕਿ ਜਿਸ ਧਰਮ ਨੂੰ ਉਸਨੇ ਨਿਗਲਣਾ ਹੁੰਦਾ ਹੈ ਉਸ ਧਰਮ ਦੀਆਂ ਮਾਨਤਾਵਾਂ ਦੇ ਅਨੁਸਾਰ ਉਹ ਆਪਣਾ ਓਨਾ ਹੀ ਮੂੰਹ ਖੋਲ੍ਹ ਲੈਂਦਾ। ਮੈਂ ਤੁਹਾਨੂੰ ਇਤਿਹਾਸ ਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਵਾਲਮੀਕੀ ਰਿਸ਼ੀ ਹੁਣਾਂ ਦੀ ਲਿਖੀ ਹੋਈ ਰਮਾਇਣ ਨੂੰ ਪੜ੍ਹਦੇ ਹੋ ਉਹਦੇ ਵਿੱਚ ਰਾਮ ਇੱਕ ਰਾਜਾ ਹੈ, ਇੱਕ ਰਾਜੇ ਦੀ ਲੜਾਈ ਜਿਹੜੀ ਹੈ ਉਹ ਰਾਵਣ ਦੇ ਨਾਲ ਹੈ, ਪਰ ਜਦੋਂ ਉਹ ਰਾਵਣ ਦੇ ਚੰਗੇ ਗੁਣਾਂ ਨੂੰ ਵੇਖਦੇ ਨੇ ਤੇ ਉਹ ਰਾਵਣ ਨੂੰ ਸ਼ੂਦਰ ਦੇ ਦਾਇਰੇ 'ਚ ਨਹੀਂ ਰੱਖਦੇ, ਉਹ ਕਹਿੰਦੇ ਰਾਵਣ ਵੀ ਬ੍ਰਾਹਮਣ ਹੈ ਤੇ ਵੇਦਾਂ ਦਾ ਗਿਆਤਾ ਹੈ। ਇਹਦਾ ਮਤਲਬ ਕਿ ਜੇ ਸਾਡੇ ਅਵਤਾਰ ਦੇ ਬਰਾਬਰ ਦੀ ਕੋਈ ਸ਼ਖਸੀਅਤ ਹੈ ਨਾ ਤਾਂ ਉਹ ਵੀ ਬ੍ਰਾਹਮਣ ਹੋ ਸਕਦਾ, ਹਨਾ। ਇਹਦਾ ਮਤਲਬ ਕਿ ਉੱਥੇ ਉਹਨਾਂ ਦੀਆਂ ਉਹਨੂੰ ਅਸੁਰ ਕਹਿਣ ਦੀਆਂ ਜਿਹੜੀਆਂ ਸੰਭਾਵਨਾਵਾਂ ਤੇ ਭਾਵਨਾਵਾਂ ਨੇ ਉਹ ਖਤਮ ਹੋ ਜਾਂਦੀਆਂ ਨੇ, ਉਹ ਰਾਵਣ ਨੂੰ ਵੀ ਇੱਕ ਬ੍ਰਾਹਮਣ ਔਰ ਵੇਦਾਂ ਦੇ ਗਿਆਤੇ ਦੇ ਰੂਪ 'ਚ ਅਸਟੈਬਲਿਸ਼ ਕਰਦੇ ਨੇ। ਸੋ ਇਹ ਮੈਂ ਸੋਚਦਾ ਕਿ ਉਹਨਾਂ ਦੀ ਬੜੀ ਇੱਕ ਇਲਾਸਟਿਸਿਟੀ ਔਰ ਫਲੈਕਸੀਬਿਲਿਟੀ ਵਾਲੀ ਪਾਲਿਸੀ ਹੈ ਕਿ ਉਹ ਆਪਣੇ ਦੁਸ਼ਮਣ ਨੂੰ ਨਿਰਧਾਰਿਤ ਕਿਵੇਂ ਕਰਦੇ ਨੇ, ਇਸੇ ਨੂੰ ਸਮਝਣ ਦੀ ਲੋੜ ਹੈ। ਤੁਸੀਂ ਬੜਾ ਐਕਸਪਲੇਨ ਵਿੱਚ ਦੱਸਿਆ ਕਿ ਨਿਗਲ ਜਾਂਦੇ ਨੇ ਜਾਂ ਜਿਹੜੇ ਇਹਨਾਂ ਚੀਜ਼ਾਂ ਨੂੰ ਵਿਰੋਧ ਕਰਦੇ ਨੇ ਉਹਨੂੰ ਹੋਰ ਤਰੀਕੇ ਦੇ ਨਾਲ ਵਰਣਨ ਕਰਕੇ ਉਹਦਾ ਜਿਹੜਾ ਹੋਰ ਸਵਰੂਪ ਜਿਹੜਾ ਆ ਲੋਕਾਂ ਅੱਗੇ ਪੇਸ਼ ਕਰ ਦਿੰਦੇ ਆ। ਬਿਲਕੁਲ। ਕੀ ਗਿਆਨੀ ਦਿੱਤ ਸਿੰਘ ਜਾਂ ਪ੍ਰੋਫੈਸਰ ਗੁਰਮੁਖ ਸਿੰਘ ਜਾਂ ਆਪਾਂ ਅੱਗੇ ਲੈ ਲਈਏ ਡਾਕਟਰ ਅੰਬੇਦਕਰ, ਇਹ ਵੀ ਇਸੇ ਵਿਪਰਵਾਦ ਦਾ ਸ਼ਿਕਾਰ ਹੋ ਗਿਆ ਕਿ ਇਹਨਾਂ ਦੀਆਂ ਜੋ ਪਾਲਿਸੀ ਸੀਗੀਆਂ ਜਾਂ ਇਹਨਾਂ ਦਾ ਜੋ ਕ੍ਰਾਈਟੀਰੀਆ ਸੀ ਕੰਮ ਕਰਨ ਦਾ ਉਹਨਾਂ ਨੂੰ ਲੋਕਾਂ ਅੱਗੇ ਜਿਹੜਾ ਪ੍ਰਚਾਰਿਆ ਨਹੀਂ ਗਿਆ? ਇਹਦੇ 'ਚ ਦੋ ਰੂਪ ਸਾਡੇ ਸਾਹਮਣੇ ਆਉਣਗੇ। ਪਹਿਲੀ ਗੱਲ ਤਾਂ ਇਹ ਕਿ ਜਿਹਨਾਂ ਸ਼ਖਸੀਅਤਾਂ ਦੇ ਤੁਸੀਂ ਨਾਮ ਲਏ ਨੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਵਿਪਰਵਾਦੀ ਵਿਚਾਰਧਾਰਾ ਨੂੰ ਸਮਝਿਆ ਜੀ, ਇੱਕ ਤਾਂ ਵੱਡੀ ਅਹਿਮ ਗੱਲ ਹੈ। ਦੂਸਰੀ ਗੱਲ ਜੇ ਮੈਂ ਤੁਹਾਨੂੰ ਬੁੱਧੀਜ਼ਮ ਦੇ ਵਿੱਚੋਂ ਇੱਕ ਐਗਜ਼ਾਮਪਲ ਦੇਵਾਂ ਤਾਂ ਉਹ ਅਹਿਮ ਐਗਜ਼ਾਮਪਲ ਇਹ ਹੈ ਕਿ ਜਿਹੜਾ ਬੁੱਧੀਜ਼ਮ ਹੈ ਉਹ ਅਵਤਾਰਵਾਦ ਦਾ ਯਕੀਨ ਨਹੀਂ ਕਰਦਾ ਜੀ, ਪਰ ਜਦੋਂ ਤੁਸੀਂ ਪੁਰਾਣਾ ਨੂੰ ਪੜ੍ਹਦੇ ਹੋ ਤੇ ਉਸੇ ਹੀ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਬਣਾ ਦਿੱਤਾ ਜਾਂਦਾ ਹੈ। ਉਹਦੇ ਪਿੱਛੇ ਜਿਹੜੀ ਉਹਨਾਂ ਦੀ ਪਾਲਿਸੀ ਹੈ ਕਿ ਜਿਹੜਾ ਧਰਮ ਚਰਚਾ ਦੇ ਵਿੱਚ ਤੁਹਾਡੇ ਕੋਲ ਖਤਮ ਨਹੀਂ ਹੋ ਰਿਹਾ ਉਹਦੇ ਵਾਸਤੇ ਅਵਤਾਰਵਾਦ ਦਾ ਦਰਵਾਜ਼ਾ ਖੋਲ ਦਿਓ। ਬਿਲਕੁਲ ਅੱਜ ਸਿੱਖ ਧਰਮ ਦੇ ਨਾਲ ਵੀ ਇਹੀ ਹੋ ਰਿਹਾ, ਸਟੇਜਾਂ ਦੇ ਉੱਪਰੋਂ ਸਾਡੇ ਪ੍ਰਚਾਰਕ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਕਲਯੁੱਗ ਦੇ ਅਵਤਾਰ ਨੇ। ਹੁਣ ਉਹਦੇ 'ਚ ਇਹ ਕੀ ਹੋ ਰਿਹਾ ਕਿ ਸਾਕਾਰ ਰੂਪ ਦੇ ਵਿੱਚ ਜਿਹੜੀ ਨਿਰੰਕਾਰ ਦੀ ਸੰਸਾਰ ਦੇ ਵਿੱਚ ਪ੍ਰਗਟ ਹੋਣ ਦੀ ਕਿਰਿਆ ਉਹਨੂੰ ਅਸੀਂ ਅਵਤਾਰਵਾਦ ਦੇ ਦਾਇਰੇ ਦੇ ਵਿੱਚ ਬੰਦ ਕਰ ਰਹੇ ਹਾਂ, ਔਰ ਅਵਤਾਰਵਾਦ ਦੇ ਦਾਇਰੇ ਦੇ ਵਿੱਚ ਬੰਦ ਕਰਨਾ ਸਿੱਧਾ ਭਾਵ ਹੈ ਕਿ ਗੁਰੂ ਸਾਹਿਬ ਨੂੰ ਬ੍ਰਹਮਨਿਸਟਿਕ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਫਰੇਮ ਹੈ ਉਹਦੇ ਵਿੱਚ ਲੈ ਕੇ ਆਉਣਾ। ਹੁਣ ਜਿਹੜੀਆਂ ਸ਼ਖਸੀਅਤਾਂ ਦੀ ਤੁਸੀਂ ਗੱਲ ਕੀਤੀ ਹੈ, ਗਿਆਨੀ ਦਿੱਤ ਸਿੰਘ ਹੋਣੀ, ਸਰਦਾਰ ਗੁਰਮੁਖ ਸਿੰਘ ਹੋਣੀ ਜਾਂ ਡਾਕਟਰ ਬੀ ਆਰ ਅੰਬੇਦਕਰ, ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਉਸ ਸਮੇਂ ਵਿਪਰਵਾਦ ਦੇ ਇਸ ਰੂਪ ਦਾ ਸੰਤਾਪ ਭੁਗਤਿਆ ਜੀ। ਕੁਝ ਲੋਕ ਉਹ ਹੁੰਦੇ ਨੇ ਜਿਹੜੇ ਸੰਤਾਪ ਭੁਗਤਣ ਤੋਂ ਬਾਅਦ ਹੱਥ ਖੜੇ ਕਰ ਦਿੰਦੇ ਨੇ, ਉਹ ਕਿਤੇ ਨਾ ਕਿਤੇ ਆਪਣਾ ਆਤਮ ਸਮਰਪਣ ਕਰ ਦਿੰਦੇ ਨੇ, ਪਰ ਇਹ ਤਿੰਨ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਤਮ ਸਮਰਪਣ ਨਹੀਂ ਕੀਤਾ, ਸਗੋਂ ਵਿਪਰਵਾਦ ਦੀਆਂ ਜਿਹੜੀਆਂ ਨੀਤੀਆਂ ਸੀ ਉਹਨਾਂ ਨੂੰ ਖੋਲ੍ਹ ਕੇ ਲੋਕਾਂ ਦੇ ਵਿੱਚ ਰੱਖਿਆ, ਸੰਗਤ ਦੇ ਵਿੱਚ ਰੱਖਿਆ। ਪਰ ਮੈਂ ਸੋਚਦਾ ਕਿ ਜਿਸ ਸੰਗਤ ਦੇ ਵਿੱਚ ਰੱਖਿਆ ਉਹ ਸੰਗਤ ਇਹਨਾਂ ਦੇ ਨਾਲੋਂ ਵਿਪਰਵਾਦ ਦਾ ਪ੍ਰਭਾਵ ਜ਼ਿਆਦਾ ਕਬੂਲ ਚੁੱਕੀ ਸੀ। ਇਸੇ ਕਰਕੇ ਉਹਨਾਂ ਸਮਿਆਂ ਦੇ ਵਿੱਚ ਚਾਹੇ ਗਿਆਨੀ ਦਿੱਤ ਸਿੰਘ ਨੇ, ਚਾਹੇ ਗਿਆਨੀ ਗੁਰਮੁਖ ਸਿੰਘ ਨੇ, ਚਾਹੇ ਬੀ ਆਰ ਅੰਬੇਦਕਰ ਨੇ, ਜਿਨ੍ਹਾਂ ਸਮਿਆਂ ਦੇ ਵਿੱਚ ਇਹਨਾਂ ਦੀ ਅਸਟੈਬਲਿਸ਼ਮੈਂਟ ਜਾਂ ਇਹਨਾਂ ਦੀ ਹੋਂਦ ਨੂੰ ਪ੍ਰਮਾਣਿਕਤਾ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲ ਸਕੀ, ਕਿਉਂਕਿ ਇਹਦਾ ਸਿੱਧਾ ਜਿਹਾ ਭਾਵ ਇਹ ਸਮਝ ਲਓ ਕਿ ਮੈਂ ਸਮਝਦਾ ਹੁੰਦਾ ਕਿ 90% ਲੋਕ ਪਿੱਛੇ ਤੁਰਨ ਵਾਲੇ ਹੁੰਦੇ ਨੇ ਜੀ, ਅਤੇ ਜਿਹੜੇ 10% ਲੀਡ ਕਰਨ ਵਾਲੇ ਹੁੰਦੇ ਉਹਨਾਂ 'ਚੋਂ ਵੀ 3-4% ਲੋਕ ਹੁੰਦੇ ਨੇ ਜਿਨ੍ਹਾਂ 'ਚ ਇੰਟੈਲੀਜੈਂਸ਼ੀਆ ਹੁੰਦਾ ਹੈ। ਸੋ ਮੈਂ ਸੋਚਦਾ ਕਿ ਇਹ 3-4 ਸ਼ਖਸੀਅਤਾਂ ਉਹ ਸੀ ਜਿਨ੍ਹਾਂ ਨੇ ਵਿਪਰਵਾਦ ਨੂੰ ਸਮਝਿਆ, ਪਰ 90% ਲੋਕ ਜਿਹੜੇ ਸੀ ਉਹ ਵਿਪਰਵਾਦ ਦੀ ਵਿਚਾਰਧਾਰਾ ਨੂੰ ਫੋਲੋ ਕਰ ਰਹੇ ਸੀ। ਸੋ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਦੀ ਇੰਨੀ ਅਸਟੈਬਲਿਸ਼ਮੈਂਟ ਨਹੀਂ ਹੋ ਸਕੀ, ਅਤੇ ਮੈਂ ਕਹੂੰਗਾ ਕਿ ਇਹ ਵਿਪਰਵਾਦ ਦੇ ਨਹੀਂ,
ਇਹ ਸਾਡੇ ਸਿੱਖਾਂ ਦੇ ਵਿੱਚ ਵੜ ਚੁੱਕੇ ਵਿਪਰਵਾਦ ਦਾ ਸ਼ਿਕਾਰ ਹੋਏ ਨੇ ਸਿੱਧੇ ਤੌਰ 'ਤੇ ਜੀ। ਤੁਸੀਂ ਦੱਸਿਆ ਵੀ ਇਹਨਾਂ ਨੂੰ ਜਿਹੜਾ ਜਿਹੜੇ 90% ਆ ਉਹ ਇਹਨਾਂ ਨੂੰ ਜਿਹੜਾ ਆ ਫੋਲੋ ਨਹੀਂ ਕਰਦੇ ਨਹੀਂ ਕਰ ਉਹ ਸਮਿਆਂ ਦੀ ਤੁਸੀਂ ਗੱਲ ਕੀਤੀ ਵੀ ਉਸ ਸਮੇਂ ਦੀ ਹੁਣ ਦੀ ਜੇ ਆਪਾਂ ਅਜੋਕੇ ਜੀਵਨ ਦੀ ਗੱਲ ਕਰੀਏ ਹੁਣ ਸਾਡੇ ਕੋਲ ਮੀਡੀਆ ਕਿੰਨਾ ਆ ਗਿਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਦੋਸਤ ਹੈਗੇ ਆ ਜਾਂ ਗਿਆਨੀ ਲੋਕ ਹੈਗੇ ਨੇ ਵਿਦਵਾਨ ਲੋਕ ਹੈਗੇ ਨੇ ਪੋਸਟਾਂ ਪਾਉਂਦੇ ਨੇ ਤੇ ਸਾਡੇ ਕੋਲ ਔਨਲਾਈਨ ਹੁਣ ਬੁੱਕਸ ਪੜ੍ਹਨ ਦਾ ਕ੍ਰੀਟੀਰੀਆ ਵੀ ਹੋ ਗਿਆ ਸ਼ਾਇਦ ਸਾਡੇ ਵਿਵਾਦ ਵੱਧਦੇ ਵੀ ਇਸ ਕਰਕੇ ਆ ਵੀ ਸਾਡੇ ਕੋਲ ਨੌਲੇਜ ਦਾ ਭੰਡਾਰ ਬਹੁਤ ਮਿਲ ਗਿਆ ਅਸੀਂ ਇੱਧਰੋਂ ਵੀ ਚੱਕਦੇ ਹਾਂ ਉੱਧਰੋਂ ਵੀ ਚੱਕਦੇ ਹਾਂ ਪਰ ਜੇ ਅਸੀਂ ਦੇਖੀਏ ਵੀ ਅੱਜ ਵੀ ਇਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ ਕਿਸੇ ਪ੍ਰਚਾਰਕ ਵੱਲੋਂ ਨਹੀਂ ਇਹਨਾਂ ਦੀ ਗੱਲ ਕੀਤੀ ਜਾਂਦੀ ਇਹਨਾਂ ਦੇ ਸਾਰੀਆਂ ਕਿਤਾਬਾਂ ਵੀ ਹੈਗੀਆਂ ਉਹਨਾਂ ਦਾ ਕਦੀ ਰੈਫਰੈਂਸ ਨਹੀਂ ਦਿੱਤਾ ਜਾਂਦਾ ਤੇ ਉਹ ਜਿਹੜੇ 90% ਲੋਕ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਇਹ ਗੱਲ ਦੱਸਣੀ ਪਏਗੀ ਕਿ ਅੱਜ ਵੀ ਅਸੀਂ ਉਹਨਾਂ 90% ਜਿਹੜੇ ਲੋਕ ਆ ਉਹਨਾਂ ਨੂੰ ਸਮਝਾਉਣ ਦੇ ਵਿੱਚ ਅਸਫਲ ਸਾਬਤ ਆ। ਇੱਕ ਸਮਾਜ ਦੀ ਇੱਕ ਬੜੀ ਵੱਡੀ ਵਿਡੰਬਨਾ ਹੁੰਦੀ ਹੈ ਕਿ ਸਮਾਜ ਦੇ ਵਿੱਚ ਦੋ ਵਿਚਾਰਧਾਰਾਵਾਂ ਹਰ ਵੇਲੇ ਇੱਕ ਸਾਰ ਸਮਰੂਪ ਦੇ ਵਿੱਚ ਵਰਤ ਰਹੀਆਂ ਹੁੰਦੀਆਂ ਨੇ। ਇੱਕ ਸੁਧਾਰਵਾਦੀ ਧਿਰ ਹੁੰਦੀ ਹੈ, ਇੱਕ ਅਨੁਸਾਰਵਾਦੀ ਧਿਰ ਹੁੰਦੀ ਹੈ। ਔਰ ਪੰਜਾਬ ਦੀ ਇੱਕ ਸਮੱਸਿਆ ਰਹੀ ਹੈ ਕਿ ਅਨੁਸਾਰਵਾਦੀ ਧਿਰ ਜਿਹੜੀ ਹੈ ਨਾ ਉਹਨੇ ਆਪਣੀਆਂ ਪੁਰਾਤਨ ਪਰੰਪਰਾਵਾਂ ਨੂੰ ਇਤਿਹਾਸ ਸਮਝ ਲਿਆ। ਉਹ ਉਹਨਾਂ ਪਰੰਪਰਾਵਾਂ ਦੇ ਵਿੱਚੋਂ ਜਾਂ ਸੀਨਾ ਪਸੀਨਾ ਚੱਲ ਆਉਂਦੀ ਉਸ ਰਵਾਇਤ ਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦੀ। ਸੋ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਗਿਆਨੀ ਦਿੱਤ ਸਿੰਘ ਹੋਣਾ ਜਾਂ ਗਿਆਨੀ ਗੁਰਮੁਖ ਸਿੰਘ ਹੋਣਾ ਦੇ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਉਸ ਸਮੇਂ ਸਿੱਖ ਸਮਾਜ ਦੇ ਵਿੱਚ ਇਹਨਾਂ ਦੇ ਪ੍ਰਭਾਵ ਦੇ ਨਾਲੋਂ ਜ਼ਿਆਦਾ ਪ੍ਰਭਾਵ ਹੈ ਜਿਹੜੇ ਆਪਣੇ ਆਪ ਨੂੰ ਗੁਰੂ ਦੀ ਵੰਸ਼ ਦੇ ਵਿੱਚੋਂ ਖੋਹਦੇ ਨੇ। ਜੇ ਮੈਂ ਸਿੱਧੇ ਤੌਰ 'ਤੇ ਕਹਾਂ ਤਾਂ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਖੋਹਣ ਵਾਲਾ ਬੇਦੀ ਪਰਿਵਾਰ ਆ ਉਹਨਾਂ ਦਾ ਉਸ ਵੇਲੇ ਪ੍ਰਭਾਵ ਜਿਹੜਾ ਉਹ ਸਰਕਾਰ ਦੇ ਵਿੱਚ ਵੀ ਹੈ। ਬੇਸ਼ੱਕ ਕਿ ਅੱਜ ਸਿੰਘ ਸਭਾ ਲਹਿਰ ਨੂੰ ਬਦਨਾਮ ਕਰਨ ਦੇ ਵਾਸਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਸਿੰਘ ਸਭਾ ਲਹਿਰ ਤਾਂ ਅੰਗਰੇਜ਼ਾਂ ਦੀ ਉਪਜ ਸੀ, ਪਰ ਜੇਕਰ ਤੁਸੀਂ ਉਸ ਵੇਲੇ ਦੇ ਡਾਕੂਮੈਂਟ ਜਾਂ ਦਸਤਾਵੇਜ਼ਾਂ ਦੀ ਘੋਖ ਕਰਦੇ ਹੋ ਤਾਂ ਸਰਕਾਰ ਦੇ ਵੱਲੋਂ ਜਿਹੜੇ ਜ਼ਿਆਦਾ ਵੱਡੇ ਅਹੁਦੇ ਸੀ ਸਰ ਤੱਕ ਦੇ ਖਿਤਾਬ ਉਹ ਤਾਂ ਬੇਦੀ ਖਾਨਦਾਨ ਨੂੰ ਦਿੱਤੇ ਗਏ। ਇਹ ਵਿਚਾਰੇ ਤਾਂ ਮੈਂ ਕਹਿੰਦਾ ਕਿ ਰੋਲਦੇ ਗਰੀਬੀ ਦੇ ਵਿੱਚ ਰਹੇ। ਸੋ ਇਸ ਕਰਕੇ ਇਵੇਂ ਦਾ ਦੋਸ਼ ਸਿੰਘ ਸਭਾ ਲਹਿਰ ਦੇ ਮੋਢੀਆਂ ਦੇ ਉੱਪਰ ਨਹੀਂ ਸੀ ਲਾਇਆ ਜਾ ਸਕਦਾ। ਪਰ ਇਹ ਸੀ ਕਿ ਅੱਜ ਦੀ ਜਿਹੜੀ ਸਮੱਸਿਆ ਹੈ ਕਿ ਅੱਜ ਵੀ ਉਹ ਜਿਹੜੀ ਵਿਚਾਰਧਾਰਾ ਉਹਦੇ ਖਿਲਾਫ ਜਿਸਨੂੰ ਅਸੀਂ ਕਹਿੰਦੇ ਸਮਾਜਿਕ ਮਾਧਿਅਮ ਸੋਸ਼ਲ ਮੀਡੀਆ ਦੇ ਉੱਪਰ ਸਾਨੂੰ ਪਤਾ ਹੈ ਕਿ ਸਾਡੇ ਕੋਲ ਅੱਜ ਕਿਤਾਬਾਂ ਬਹੁਤ ਨੇ। ਪਰ ਤੁਸੀਂ ਇਹ ਵੇਖੋ ਕਿ ਜਿੰਨਾ ਕੁ ਸਾਡੇ ਕੋਲ ਲਿਟਰੇਚਰ ਹੈ, ਜਿੰਨਾ ਕੁ ਸਰੋਤ ਹੈ, ਉਹਦੇ ਵਿਰੋਧ ਦੇ ਵਿੱਚ ਕਿੰਨਾ ਲਿਟਰੇਚਰ ਸਿਰਜਿਆ ਜਾ ਰਿਹਾ। ਸਭ ਤੋਂ ਵੱਡੀ ਅਹਿਮ ਗੱਲ ਤਾਂ ਇਹ ਹੈ ਤੁਸੀਂ ਮੈਂ ਜਾਂ ਹੋਰ ਦੋ ਚਾਰ ਵਿਅਕਤੀ ਇੱਥੇ ਬੈਠੇ ਹੋਣਗੇ ਜਿਹੜੇ ਅਸੀਂ ਕਿਤੇ ਨਾ ਕਿਤੇ ਇਸ ਗੱਲ ਤੋਂ ਚਿੰਤਤ ਹੋਵਾਂਗੇ ਕਿ ਨਹੀਂ ਜੀ ਸਾਡੇ ਸਰੋਤਾਂ ਦੇ ਵਿੱਚ ਆਹ ਭੰਨ ਤੋੜ ਕੀਤੀ ਗਈ ਜਾਂ ਸਾਨੂੰ ਸਰੋਤਾਂ ਨੂੰ ਰੀਐਡਿਟ ਕਰਨਾ ਚਾਹੀਦਾ। ਪਰ ਦੂਸਰੇ ਬੰਨੇ RSS ਦੀ ਇੱਕ ਸੰਸਥਾ ਹੈ ਦੀਨ ਦਿਆਲ ਸ਼ੋਧ ਸੰਸਥਾਨ ਜਿਹਦੇ ਵਿੱਚ ਸਬਜੈਕਟ ਵਾਈਜ਼ ਤਕਰੀਬਨ ਉਹਨਾਂ ਦਾ 3300 ਸਕਾਲਰ ਜਿਹੜਾ ਉਹ ਹੋਲ ਟਾਈਮਰ ਆਪਣੇ ਇਤਿਹਾਸ ਦੀ ਖੋਜ ਕਰ ਰਿਹਾ। ਇਤਿਹਾਸ ਦੀ ਖੋਜ ਮੈਂ ਇੱਥੇ ਸ਼ਬਦ ਵਰਤਿਆ ਤਾਂ ਮੈਨੂੰ ਲੱਗਦਾ ਕਿ ਕੁਝ ਦਰਸ਼ਕ ਇਹ ਮਹਿਸੂਸ ਕਰਨਗੇ ਕਿ ਉਹਨਾਂ ਕੋਲ ਤਾਂ ਮਿਥਿਹਾਸ ਹੈ ਅਤੇ ਅਸੀਂ ਇਤਿਹਾਸ ਦੀ ਗੱਲ ਕਰ ਰਹੇ ਹਾਂ। ਵੇਖੋ ਮਿਥਿਹਾਸ ਦੇ ਵਿੱਚ ਅਤੇ ਇਤਿਹਾਸ ਦੇ ਵਿੱਚ ਇੱਕ ਅੰਤਰ ਹੁੰਦਾ ਹੈ ਕਿ ਮਿਥਿਹਾਸ ਦਾ ਕ੍ਰੋਨੋਗ੍ਰਾਫਿਕ ਫੇਸ ਨਹੀਂ ਹੁੰਦਾ, ਤਾਰੀਖਾਂ ਵਾਲੀ ਨਹੀਂ ਹੁੰਦੀ। ਅਸੀਂ ਇਹ ਕਹਿ ਦੇਵਾਂਗੇ ਕਿ ਰਾਮ ਦਾ ਜਨਮ ਹੋਇਆ ਕਦੋਂ ਹੋਇਆ ਸਾਡੇ ਕੋਲ ਨਹੀਂ ਹੈ। ਪਰ ਜੇ ਤੁਸੀਂ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਦੀ ਟਾਈਮਸ ਆਫ ਇੰਡੀਆ ਦੇ ਵਿੱਚ ਇੱਕ ਰਿਟਾਇਰਡ IRS ਆਫਿਸਰ ਨੇ ਸਰੋਜ ਬਾਲਾ ਉਹਨਾਂ ਦਾ ਇੱਕ ਆਰਟੀਕਲ ਆਇਆ ਸੀ ਜਿਹੜੇ ਉਸ ਸੰਸਥਾ ਦੇ ਨਾਲ ਸੰਬੰਧ ਰੱਖਦੇ ਨੇ ਅਤੇ ਉਹਨਾਂ ਨੇ ਪੁਰਾਤਨ ਰਮਾਇਣਾ ਔਰ ਪਦਮ ਪੁਰਾਣ ਦੇ ਪਤਾਲ ਖੰਡ ਦੇ ਵਿੱਚੋਂ ਰਾਹੂ ਔਰ ਕੇਤੂ ਦੀਆਂ ਦਿਸ਼ਾਵਾਂ ਨੂੰ ਲੈ ਕੇ ਰਾਮ ਦੀ ਬਰਥ ਡੇਟ ਜਿਹੜੀ ਸੀ ਉਹ ਡਿਸਾਈਡ ਕਰ ਦਿੱਤੀ ਬਿਫੋਰ ਕ੍ਰਾਈਸਟ 10 ਜਨਵਰੀ 5114 ਸਾਲ ਪਹਿਲਾਂ। ਅੱਛਾ, ਸੋ ਇਹਦਾ ਮਤਲਬ ਕਿ ਉਹ ਲੋਕ ਇੰਨੀ ਮਿਹਨਤ ਕਰ ਰਹੇ ਨੇ ਕਿ ਆਪਣੀ ਮਾਈਥੋਲੋਜੀ ਨੂੰ ਹਿਸਟਰੀ ਬਣਾ ਰਹੇ ਨੇ ਅਤੇ ਜਿਹੜੇ ਸਰੋਤ ਅੱਜ ਸਾਡੇ ਹੱਥਾਂ 'ਚ ਆ ਰਹੇ ਨੇ ਉਹ ਸਾਡੇ ਇਤਿਹਾਸ ਨੂੰ ਵੀ ਮਿਥਿਹਾਸ ਬਣਾਉਂਦੇ ਜਾ ਰਹੇ ਨੇ। ਤੁਸੀਂ ਹੁਣੇ ਤਰੀਕਾਂ ਦੀ ਗੱਲ ਕੀਤੀ ਕਿ ਇਹਦੇ ਵਿੱਚ ਕਾਫ਼ੀ ਹੇਰ ਫੇਰ ਵੀ ਹੋ ਜਾਂਦਾ। ਬਿਲਕੁਲ, ਇੱਕ ਨਾਨਕ ਸ਼ਾਹੀ ਕੈਲੰਡਰ ਸਾਡੇ ਵੀ ਸਿੱਖਾਂ ਦਾ ਕੁਛ ਦੇਰ ਕੰਮ ਵੀ ਕੀਤਾ, ਫਿਰ ਬਾਅਦ ਵਿੱਚ ਹਟਾ ਲਿਆ ਗਿਆ। ਅੱਜ ਵੀ ਅਸੀਂ ਦੁਬਧਾ ਦੇ ਵਿੱਚ ਹੈਗੇ ਹਾਂ। ਹੁਣ 550 ਸਾਲਾਂ ਗੁਰੂ ਸਾਹਿਬ ਦਾ ਗੁਰਪੁਰਬ ਆ ਰਿਹਾ, ਉਹਦੇ ਬਾਰੇ ਵੀ ਇੱਕ ਦੁਬਧਾ ਦੇ ਵਿੱਚ ਹੈਗੇ ਨੇ ਲੋਕ ਕਿ ਨਹੀਂ ਇਹ ਤਾਂ ਅਪ੍ਰੈਲ ਦੇ ਵਿੱਚ ਮਹਾਰਾਜ ਦਾ ਜਨਮ ਜਿਹੜਾ ਆ ਉਹ ਹੋਇਆ ਆ। ਹਰ ਵਾਰੀ ਅਸੀਂ ਇੱਦਾਂ ਹੀ ਹੁੰਦੀ ਆ ਕਿ ਚਾਹੇ ਉਹ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਗੁਰਪੁਰਬ ਦੀ ਆਪਾਂ ਗੱਲ ਕਰ ਲਈਏ, ਅਤੇ ਹੁਣੇ ਬੰਦੀ ਛੋੜ ਦਿਵਸ ਵੀ ਲੰਘ ਕੇ ਗਿਆ, ਬਹੁਤ ਸਾਰੇ ਚਲੋ ਦੀਵਾਲੀ ਦੇ ਨਾਲ ਹੀ ਸੰਬੋਧਨ ਕਰਦੇ ਨੇ, ਉਹਦੇ ਵਿੱਚ ਵੀ ਤਰੀਕਾਂ ਦਾ ਜਿਹੜਾ ਮਤਭੇਦ ਆ ਉਹ ਰੱਖਦੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵੀ ਇੱਕ ਸਾਜਿਸ਼ ਆ ਕਿ ਉਹ ਜਿਹੜਾ ਸਾਡਾ ਕੈਲੰਡਰ ਆ ਉਹਨੂੰ ਜਿਹੜਾ ਲਾਗੂ ਨਹੀਂ ਹੋਣ ਦਿੱਤਾ ਜਾ ਰਿਹਾ, ਜਾਂ ਸਾਡੇ ਵਿੱਚ ਅਜੇ ਵੀ ਉਹਦੇ ਉੱਤੇ ਰਿਸਰਚ ਕਰਨ ਦੀ ਹੋਰ ਲੋੜ ਹੈਗੀ? ਵੇਖੋ, ਜਦੋਂ ਨਾਨਕ ਸ਼ਾਹੀ ਕੈਲੰਡਰ ਦੇ ਉੱਪਰ ਕਾਰਜ ਹੋ ਰਿਹਾ ਸੀਗਾ ਅਤੇ ਉਸ ਵੇਲੇ ਮੈਂ ਉਸ 21 ਮੈਂਬਰੀ ਕਮੇਟੀ ਦੇ ਵਿੱਚ ਸੀਗਾ ਅਤੇ ਮੈਨੂੰ ਸਰਦਾਰ ਪਾਲ ਸਿੰਘ ਪੁਰੇਵਾਲ ਹੋਣਾ ਦੇ ਨਾਲ ਲਗਾਤਾਰ ਕੰਮ ਕਰਨ ਦਾ ਜਾਂ ਉਹਨਾਂ ਨੂੰ ਸਮਝਣ ਦਾ ਮੌਕਾ ਜਿਹੜਾ ਉਹ ਮਿਲਿਆ।
ਇੱਕ ਗੱਲ ਬੜੀ ਕਲੀਅਰ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਸਮਝਣੀ ਪਵੇਗੀ। ਮੈਂ ਕੱਲ੍ਹ ਪਰਸੋਂ ਦੀ ਗੱਲ ਹੈ, ਜਦੋਂ ਮੇਰਾ ਪਰਥ ਦੀਵਾਲੀ ਵਾਲੇ ਦਿਨ ਲੈਕਚਰ ਸੀ ਤਾਂ ਮੈਂ ਉੱਥੇ ਸੰਗਤ ਦੇ ਵਿੱਚ ਸਵਾਲ ਕੀਤਾ ਸੀ ਕਿ ਮੰਨ ਲਓ ਅੱਜ ਕਿਸੇ ਦੇ ਘਰ ਬੱਚਾ ਜਨਮ ਲਵੇ ਅਤੇ ਤੁਸੀਂ ਉਸ ਬੱਚੇ ਦਾ ਜਿਹੜਾ ਜਨਮਦਿਨ ਆ ਉਹ ਤੁਸੀਂ 27 ਅਕਤੂਬਰ ਨੂੰ ਮਨਾਓਗੇ ਜਾਂ ਹਰ ਸਾਲ ਦੀਵਾਲੀ ਨੂੰ ਵੇਖੋਗੇ, ਕਿਉਂਕਿ ਜਿਸ ਕੈਲੰਡਰ ਦੇ ਅਨੁਸਾਰ ਦੀਵਾਲੀ ਮਨਾਈ ਜਾਂਦੀ ਹੈ ਉਹ ਕੈਲੰਡਰ ਲਿਊਨਰ ਹੈ ਅਤੇ ਲਿਊਨਰ ਕੈਲੰਡਰ ਕਦੀ 354 ਦਿਨ ਦਾ ਹੁੰਦਾ ਅਤੇ ਕਦੀ 382 ਦਿਨ ਦਾ ਹੁੰਦਾ। ਸੋ ਦੀਵਾਲੀ ਤਾਂ ਕਦੀ ਅਕਤੂਬਰ ਦੇ ਵਿੱਚ ਅਤੇ ਕਦੀ ਨਵੰਬਰ ਦੇ ਵਿੱਚ। ਅਤੇ ਮੇਰਾ ਸਵਾਲ ਸੀ ਕਿ ਤੁਸੀਂ ਬੱਚੇ ਦਾ ਜਨਮ ਦਿਨ ਤੁਸੀਂ ਕਿਸ ਦਿਨ ਮਨਾਓਗੇ? ਓਬਵੀਅਸਲੀ ਸੰਗਤ ਦੇ ਵਿੱਚੋਂ ਜਵਾਬ ਤਾਂ ਇਹੀ ਹੋਵੇਗਾ ਕਿ ਜਿਹੜੀਆਂ ਅੱਜ ਦੀਆਂ ਤਰੀਕਾਂ ਨੇ ਅਸੀਂ ਉਸ ਦੇ ਅਨੁਸਾਰ ਮਨਾਵਾਂਗੇ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਸਭ ਤੋਂ ਪਹਿਲੀ ਸਮੱਸਿਆ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਵੈਬਸਾਈਟ ਦੇ ਉੱਪਰ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਅਪ੍ਰੈਲ ਦਾ ਲਿਖਿਆ ਹੋਇਆ। ਪਾਕਿਸਤਾਨ ਵੀ ਗਏ, ਉਹਨਾਂ ਨੇ ਕਾਫੀ ਰਿਸਰਚ ਕੀਤੀ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਪਾਕਿਸਤਾਨ ਦਾ ਜਿਹੜਾ ਹਿਜਰੀ ਕੈਲੰਡਰ ਸੀ ਉਹਦੇ ਵਿੱਚ ਕੁਝ ਸੈਕਿੰਡ ਦਾ ਫਰਕ ਆ ਰਿਹਾ ਸੀ ਨਮਾਜ਼ ਦਾ, ਜਿਹੜੀ ਉਹਨਾਂ ਦੀ ਫਜ਼ਰ ਦੀ ਔਰ ਈਸ਼ਾ ਦੀ ਨਮਾਜ਼ ਹੁੰਦੀ ਹੈ। ਅਤੇ ਉਸ ਕੈਲੰਡਰ ਦੀ ਸੋਧ ਵੀ ਪਾਲ ਸਿੰਘ ਪੁਰੇਵਾਲ ਹੋਣਾ ਨੇ ਕੀਤੀ। ਅੱਜ ਵੀ ਜਿਹੜਾ ਇਸਲਾਮ ਦਾ ਹਿਜਰੀ ਕੈਲੰਡਰ ਸ਼ਬਦ ਹੈ ਉੱਥੇ ਉਹਦੇ ਰਚੇਤਾ ਸਰਦਾਰ ਪਾਲ ਸਿੰਘ ਪੁਰੇਵਾਲ ਨੇ, ਉਹਨਾਂ ਨੇ ਅਸੈਪਟ ਕਰ ਲਿਆ ਅਤੇ ਅਸੀਂ ਨਹੀਂ ਕਰਿਆ। ਹੁਣ ਉਹਦੇ ਵਿੱਚ ਜਦੋਂ ਸਾਰੇ ਸਰੋਤਾਂ ਦੀ ਘੋਖ ਕੀਤੀ ਗਈ ਤਾਂ ਉਦੋਂ ਸਾਡੇ ਜਿਹੜੇ ਪਾਲ ਸਿੰਘ ਪੁਰੇਵਾਲ ਹੋਣਾ ਦੇ ਮੁਤਾਬਕ ਇੱਕ ਗੱਲ ਸਾਹਮਣੇ ਆਈ ਕਿ ਜਿਸ ਵੇਲੇ ਗਿਆਨੀ ਸੰਤ ਸਿੰਘ ਹਰਿਮੰਦਰ ਸਾਹਿਬ ਸੇਵਾ ਨਿਭਾਉਂਦੇ ਸੀ ਅਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਵਿਸਾਖ ਦੇ ਮਹੀਨੇ 'ਚ ਪੁਰਬ ਮਨਾਇਆ ਜਾਂਦਾ ਸੀ ਅਤੇ ਵਿਸਾਖੀ ਦੇ ਦਿਨਾਂ 'ਚ ਆਮ ਕਿਸਾਨ ਜਿਹੜੇ ਸੀ ਉਹ ਬਹੁਤ ਬਿਜ਼ੀ ਹੁੰਦੇ ਸੀ ਕਿਉਂਕਿ ਫਸਲ ਦੀ ਕਟਾਈ ਦੇ ਦਿਨ ਹੁੰਦੇ ਸੀ ਅਤੇ ਇੰਨੀ ਸੰਗਤ ਨਹੀਂ ਸੀ ਆਉਂਦੀ। ਅਤੇ ਪਰ ਜਦੋਂ ਕੱਤਕ ਦੇ ਮਹੀਨੇ ਦੇ ਵਿੱਚ ਰਾਮ ਤੀਰਥ ਦੇ ਵਿੱਚ ਇੱਕ ਦਿਹਾੜਾ ਮਨਾਇਆ ਜਾਂਦਾ ਸੀ ਅਤੇ ਸਾਰੇ ਲੋਕ ਉੱਥੇ ਜਾਂਦੇ ਸੀ ਕਿਉਂਕਿ ਲੋਕ ਇਹਨਾਂ ਦਿਨਾਂ 'ਚ ਵਿਹਲੇ ਹੁੰਦੇ ਸੀ। ਸੋ ਸੰਤ ਸਿੰਘ ਨੇ, ਸਾਡੇ ਇਤਿਹਾਸਕ ਸਰੋਤ ਕਹਿੰਦੇ ਨੇ ਕਿ ਸੰਤ ਸਿੰਘ ਨੇ ਉਸ ਸਮੇਂ ਇਹ ਪ੍ਰਚਲਿਤ ਕੀਤਾ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਅਸੀਂ ਕੱਤਕ ਦੇ ਮਹੀਨੇ 'ਚ ਮਨਾਈਏ ਕਿਉਂਕਿ ਸੰਗਤ ਦਾ ਇਕੱਠ ਜ਼ਿਆਦਾ ਹੋ ਸਕੇ। ਸੋ ਉਸ ਸਮੇਂ ਸਾਨੂੰ ਇਸ ਗੱਲ ਦਾ, ਹੁਣ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਉਹ ਇੱਕ ਵਕਤੀ ਢੰਗ ਸੀਗਾ ਸੰਗਤ ਨੂੰ ਇਕੱਠਾ ਕਰਨ ਦਾ, ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਮੇਰੇ ਖਿਆਲ ਦੇ ਨਾਲ ਇਤਿਹਾਸ ਦੀਆਂ ਜਿਹੜੀਆਂ ਤਰੀਕਾਂ ਨੇ ਉਹਨਾਂ ਦਾ ਕ੍ਰੋਨੋਗ੍ਰਾਫਿਕ ਫੇਸ ਸੈੱਟ ਕਰਕੇ ਸਾਨੂੰ ਇਸ ਕੈਲੰਡਰ ਨੂੰ ਅਡੋਪਟ ਕਰਨਾ ਚਾਹੀਦਾ। ਦੂਸਰੀ ਗੱਲ ਇਸ ਕੈਲੰਡਰ ਦੇ ਬਾਰੇ ਨਾ ਇੱਕ ਬਹੁਤ ਵੱਡੀ ਕਹਿ ਸਕਦਾ ਹੈ ਕਿ ਇੱਕ ਮਿਸਇੰਟਰਪ੍ਰੀਟੇਸ਼ਨ ਲੋਕਾਂ ਦੀ ਮਾਨਸਿਕਤਾ 'ਚ ਪਾ ਦਿੱਤੀ ਗਈ ਹੈ ਜੀ ਇਹ ਤਾਂ ਈਸਵੀ ਕੈਲੰਡਰ ਹੈ, ਈਸਾਈ ਕੈਲੰਡਰ ਹੈ, ਸਿੱਖ ਇਸ ਨੂੰ ਕਿਉਂ ਫਾਲੋ ਕਰਨ। ਬਈ ਇਵੇਂ ਦੀ ਕੋਈ ਗੱਲ ਨਹੀਂ ਹੈ, ਇਹ ਕੈਲੰਡਰ ਬਿਲਕੁਲ ਬਿਕਰਮੀ ਕੈਲੰਡਰ ਹੈ। ਜਿਹੜੀਆਂ ਬਿਕਰਮੀ ਕੈਲੰਡਰ ਦੀਆਂ ਘਾਟਾਂ ਸੀ ਉਹਨਾਂ ਘਾਟਾਂ ਨੂੰ ਸਭ ਤੋਂ ਪਹਿਲਾਂ 1971 ਦੇ ਵਿੱਚ ਹਿੰਦੂ ਵਿਦਵਾਨਾਂ ਨੇ ਵੀ ਸੋਧਿਆ। ਪਹਿਲਾਂ ਬਿਕਰਮੀ ਕੈਲੰਡਰ ਦਾ ਅਤੇ ਟ੍ਰੋਪੀਕਲ ਜੀਅਰ ਦਾ ਜਿਹੜਾ ਫਰਕ ਸੀਗਾ ਉਹ 24 ਮਿੰਟ ਦਾ ਸੀ, ਉਹਨਾਂ ਨੇ ਸੋਧ ਕੇ 20 ਮਿੰਟ 'ਤੇ ਲਿਆਂਦਾ ਅਤੇ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਦੁਬਾਰਾ ਉਹਦੀ ਸੁਧਾਈ ਕਰਕੇ 20 ਮਿੰਟ ਦਾ ਫਰਕ ਕਰਕੇ ਉਹਨੂੰ ਬਿਲਕੁਲ ਇਕੁਅਲ ਕਰ ਦਿੱਤਾ। ਸੋ ਜਿੰਨੀਆਂ ਵੀ ਸਾਡੀਆਂ ਜਿਹੜੀਆਂ ਤਰੀਕਾਂ ਨੇ ਉਹ ਬਿਕਰਮੀ ਕੈਲੰਡਰ ਦੇ ਮੁਤਾਬਕ ਹੀ ਮਨਾਈਆਂ ਜਾਂਦੀਆਂ ਨੇ, ਪਰ ਉਹਨਾਂ ਨੂੰ ਟ੍ਰੋਪੀਕਲ ਜਾਂ ਮੌਸਮੀ ਕੈਲੰਡਰ ਦੇ ਨਾਲ ਇੰਨਾ ਜ਼ਿਆਦਾ ਐਕੂਰੇਟ ਕਰ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਆਵੇਗਾ ਤਾਂ ਹਮੇਸ਼ਾ 23 ਪੋਹ ਨੂੰ, ਪਰ 23 ਪੋਹ ਨੂੰ 5 ਜਨਵਰੀ ਹੀ ਹੋਵੇਗੀ। ਸੋ ਤੁਸੀਂ 5 ਜਨਵਰੀ ਵੱਲ ਨਾ ਵੇਖੋ, ਤੁਸੀਂ 23 ਪੋਹ ਨੂੰ ਵੇਖੋ ਕਿ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਆਵੇਗੀ ਅਤੇ ਉਹਦੇ ਨਾਲ ਸਾਡਾ ਜਿਹੜਾ ਇਤਿਹਾਸ ਦਾ ਕ੍ਰੋਨੋਗ੍ਰਾਫਿਕ ਫੇਸ ਹੈ ਉਹ ਖਰਾਬ ਨਹੀਂ ਹੋਵੇਗਾ। ਡਾਕਟਰ ਸਾਹਿਬ ਤੁਸੀਂ ਦੱਸਿਆ ਵੀ ਬੜਾ ਐਕੂਰੇਟ ਬਣਾ ਦਿੱਤਾ ਪੁਰੇਵਾਲ ਸਾਹਿਬ ਹੋਣਾ ਨੇ, ਬੜੀ ਮਿਹਨਤ ਕੀਤੀ ਆ ਨੋ ਡਾਊਟ, ਅਤੇ ਫਿਰ ਹੁਣ ਅਸੈਪਟ ਕਰਨ ਦੇ ਵਿੱਚ ਕਿੱਥੇ ਸਾਨੂੰ ਸਮੱਸਿਆ ਆ ਰਹੀ ਹੈ, ਕਿਉਂ ਨਹੀਂ ਅਸੈਪਟ ਕੀਤਾ ਜਾ ਰਿਹਾ? ਉਹਦੇ ਵਿੱਚ ਬਹੁਤ ਵੱਡੀ ਜਿਹੜੀ ਸਮੱਸਿਆ ਉਹ ਇੱਕ ਸੰਪਰਦਾਵਾਂ ਦੀ ਹੈ, ਕਿਉਂਕਿ ਜਿਹੜਾ ਇਹ ਕੈਲੰਡਰ ਹੈ ਇਹ ਟੋਟਲੀ ਸੋਲਰ ਸਿਸਟਮ ਦੇ ਉੱਪਰ ਟ੍ਰੋਪੀਕਲ ਹੈ ਅਤੇ ਬਹੁਤ ਸਾਰੇ ਪੰਜਾਬ ਦੇ ਵਿੱਚ ਐਸੇ ਡੇਰੇ ਨੇ ਜਿਨ੍ਹਾਂ ਦੇ ਵਿੱਚ ਪੈਂਚਵੀਆਂ ਅਤੇ ਪੂਰਨਮਾਸ਼ੀਆਂ ਮਨਾਈਆਂ ਜਾਂਦੀਆਂ ਨੇ। ਸੋ ਉਹਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿਹੜਾ ਲਿਊਨਰ ਕੈਲੰਡਰ ਸੀ ਉਹਦੇ 'ਚ ਪੂਰਨਮਾਸ਼ੀ ਦੀ, ਭਾਵੇਂ ਕਿ ਪੂਰਨਮਾਸ਼ੀ ਇੱਕ ਕੁਦਰਤੀ ਵਰਤਾਰਾ ਹੈ, ਮੱਸਿਆ ਅਤੇ ਪੂਰਨਮਾਸ਼ੀ ਜਿਹੜੀ ਆ ਉਹ ਜ਼ਰੂਰ ਆਵੇਗੀ, ਉਹ ਕੋਈ ਵੀ ਕੈਲੰਡਰ ਹੋਵੇ, ਉਹ ਤਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਚਾਹੇ ਬੈਠੇ ਹਾਂ ਚਾਹੇ ਇੰਡੀਆ 'ਚ ਬੈਠੇ ਹਾਂ, ਸੂਰਜ ਦਾ ਆਪਣਾ ਜਿਹੜਾ ਚੰਦਰਮਾ ਦਾ ਜਿਹੜਾ ਵੀ ਫੇਜ਼ ਨੇ ਉਹਦੇ ਫੁੱਲ ਮੂਨ ਦਾ ਫੇਜ਼ ਹੈ ਜਾਂ ਡਾਰਕ ਫੇਜ਼ ਹੈ ਉਹ ਤਾਂ ਹਰ ਜਗ੍ਹਾ ਦੇ ਉੱਪਰ ਕੁਦਰਤ ਦੀ ਪ੍ਰਕਿਰਿਆ ਦੇ ਵਿੱਚ ਜ਼ਰੂਰ ਆਉਣੇ ਨੇ, ਪਰ ਉਹਨਾਂ ਨੂੰ ਇੰਝ ਲੱਗਾ ਕਿ ਜਿਵੇਂ ਇਹ ਦਿਹਾੜੇ ਵਿੱਚੋਂ ਕੱਢ ਦਿੱਤੇ ਗਏ ਨੇ, ਕਿਉਂਕਿ ਅਸੀਂ ਇਹਨਾਂ ਦਿਹਾੜਿਆਂ ਨੂੰ ਧਾਰਮਿਕ ਰੂਪ 'ਚ ਮਾਨਤਾ ਨਹੀਂ ਸੀ ਦਿੰਦੇ ਉਸ ਕੈਲੰਡਰ ਦੇ ਵਿੱਚ। ਸੋ ਇੱਕ ਬਹੁਤ ਵੱਡਾ ਜਿਹੜਾ ਸੀਗਾ ਉਹ ਇੱਕ ਜਿਹੜਾ ਸੀਗਾ ਉਹ ਕਹਿ ਸਕਦੇ ਇੱਕ ਦੁਬਧਾ ਖੜੀ ਹੋ ਗਈ। ਦੂਜੀ ਗੱਲ ਇਹ ਹੋ ਗਈ ਕਿ ਜਦੋਂ ਪਹਿਲਾਂ ਵੀ ਮੈਂ 1971 ਤੋਂ 73 ਤੱਕ ਦੀ ਗੱਲ ਕੀਤੀ ਹੈ ਕਿ ਜਦੋਂ ਕੈਲੰਡਰ ਸੋਧਿਆ ਗਿਆ ਉਦੋਂ ਵੀ ਸੰਗਰਾਂਦਾਂ 1-2 ਦਿਨ ਅੱਗੇ ਪਿੱਛੇ ਹੋਈਆਂ ਸੀ। ਅੱਛਾ, ਅਤੇ ਉਸ ਚੀਜ਼ ਨੂੰ ਉਦੋਂ ਪ੍ਰਵਾਨ ਕੀਤਾ ਗਿਆ।
ਤੇ ਹੁਣ ਵੀ ਜਦੋਂ ਨਾਨਕ ਸ਼ਾਹੀ ਕੈਲੰਡਰ ਦੇ ਵਿੱਚ 20 ਮਿੰਟ ਦੇ ਫਰਕ ਨੂੰ ਕੱਢਿਆ ਗਿਆ ਤੇ ਸੰਗਰਾਂਦਾਂ ਅੱਗੇ ਪਿੱਛੇ ਹੋਈਆਂ, ਤਾਂ ਮੇਰਾ ਤਾਂ ਸਵਾਲ ਇਹ ਹੁੰਦਾ ਕਿ ਜੇਕਰ ਹਿੰਦੂ ਵਿਦਵਾਨ ਜਿਹੜੇ ਨੇ, ਜਿਹੜੇ ਉਹਨਾਂ ਦੇ ਸਕਾਲਰ ਨੇ, ਜੇ ਉਹ ਕੈਲੰਡਰ ਦੇ ਵਿੱਚ ਸੋਧ ਕਰਕੇ 4 ਮਿੰਟ ਦੀ ਸੋਧ ਕਰਦੇ ਨੇ ਤੇ ਉਹਨਾਂ ਦੀਆਂ ਅੱਗੇ ਪਿੱਛੇ ਹੋਈਆਂ ਸੰਗਰਾਂਦਾਂ ਸਾਨੂੰ ਕਬੂਲ ਨੇ, ਪਰ ਜੇ ਇੱਕ ਸਿੱਖ ਜਿਹੜਾ ਉਹ ਸੋਧ ਕਰਦਾ ਤੇ ਉਹ ਸਾਨੂੰ ਕਬੂਲ ਨਹੀਂ? ਸੋ ਮੈਂ ਸੋਚਦਾ ਇੱਕ ਕੌਮ ਦੀ ਸ਼ਾਇਦ ਇੱਕ ਵਿਪਰਵਾਦ ਦਾ ਹੀ ਸਬੂਤ ਹੈ। ਹਾਂ, ਵਿਪਰਵਾਦ ਦਾ ਸਬੂਤ ਮੈਂ ਤੁਹਾਨੂੰ ਇੱਥੋਂ ਕਹੂੰਗਾ ਕਿ ਜਿਸ ਦਿਨ ਅਕਾਲ ਤਖ਼ਤ ਸਾਹਿਬ ਤੋਂ ਬਿਆਨ ਆਇਆ ਜਥੇਦਾਰ ਜੋਗਿੰਦਰ ਸਿੰਘ ਵਧਾਤੀ ਸੀ ਉਸ ਵੇਲੇ ਕਿ ਅਸੀਂ ਆਪਣਾ ਜਿਹੜਾ ਉਹ ਵੱਖਰਾ ਕੈਲੰਡਰ ਜਾਰੀ ਕਰਾਂਗੇ, ਤੇ ਉਦੋਂ ਜਿਹੜੇ RSS ਦੇ ਜਿਹੜੇ ਮੁਖੀ ਸੀ ਉਹ ਰੱਜੂ ਭਈਆ ਸੀ, ਤੇ ਸਭ ਤੋਂ ਪਹਿਲਾਂ ਉਹਨਾਂ ਦੀ ਸਟੇਟਮੈਂਟ ਅਖ਼ਬਾਰ ਦੇ ਵਿੱਚ ਆਈ ਕਿ ਸੰਘ ਦੇ ਵੱਲੋਂ ਕੋਈ ਵੀ ਨਾਨਕ ਸ਼ਾਹੀ ਕੈਲੰਡਰ ਜਾਰੀ ਨਹੀਂ ਹੋਣ ਦਿੱਤਾ ਜਾਵੇ। ਤੇ ਰੱਜੂ ਭਈਆ ਤੁਸੀਂ ਗੱਲ ਕੀਤੀ ਆ, ਟੋਹਰਾ ਸਾਹਿਬ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਇਹ ਤਾਂ ਉਹਨਾਂ ਨਾਲ ਸਟੇਜਾਂ ਵੀ ਸਾਂਝੀਆਂ ਕਰਦੇ ਰਹੇ 1997 ਦੇ ਵਿੱਚ ਸ਼ਾਇਦ। ਬਿਲਕੁਲ, ਜੇ ਤੁਸੀਂ ਉੱਥੇ ਜ਼ਿਕਰ ਵੀ ਕੀਤਾ ਤੇ ਉਹਦੇ ਵਿੱਚ ਤਾਂ ਉਹ ਕਹਿੰਦੇ ਵੀ ਮੈਨੂੰ ਮਾਣ ਬੜਾ ਮਹਿਸੂਸ ਹੋਇਆ ਇਹਨਾਂ ਦੇ ਨਾਲ। ਵੇਖੋ, ਮੈਨੂੰ ਇੰਝ ਲੱਗਦਾ ਹੈ ਕਿ ਜਦੋਂ ਅਸੀਂ RSS ਦੀ ਗੱਲ ਕਰਦੇ ਹਾਂ ਤਾਂ ਮਹਿਜ਼ ਸਿਰਫ ਉਹਦੇ ਇੱਕ ਸਟਰਕਚਰ ਦੀ ਗੱਲ ਕਰਦੇ ਹਾਂ, ਅਸੀਂ ਅੰਬਰੇਲਾ ਆਰਗੇਨਾਈਜੇਸ਼ਨ ਦੇ ਵਿੱਚ RSS ਦੀਆਂ ਜਿੰਨੀਆਂ ਹੋਰ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਲੈ ਕੇ ਬਜਰੰਗ ਦਲ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਅਖਿਲ ਭਾਰਤੀ ਅਧਿਵੇਕਤਾ ਪ੍ਰੀਸ਼ਦ ਜਿਹੜੀ ਕਾਨੂੰਨਦਾਰਾਂ ਦੀ ਆ ਜਾਂਦੀ ਹੈ, ਜਾਂ ਫਿਰ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਸਟਰਕਚਰ ਹੈ BJP, ਜਿਹੜਾ ਉਹਨਾਂ ਦਾ ਕਹਿ ਸਕਦੇ ਕੋਈ ਪੋਲੀਟੀਕਲ ਵਿੰਗ ਹੈ, ਜਿਹੜੀ ਅਕਾਲੀ ਦਲ ਦੀ BJP ਦੇ ਨਾਲ ਗੈਰ ਸਿਧਾਂਤਕ ਏਕਤਾ ਹੈ, ਉਸ ਏਕਤਾ ਨੂੰ ਸਿਰੇ ਚੜ੍ਹਾਉਣ ਦੇ ਵਾਸਤੇ ਸਾਡੇ ਲੀਡਰਾਂ ਨੇ ਆਪਣੇ ਸਿਧਾਂਤਾਂ ਦੀ ਬਲੀ ਦੇਣ 'ਚ ਕੋਈ ਕਸਰ ਨਹੀਂ ਛੱਡੀ। ਜੀ, ਇਹ ਇੱਕ ਪੋਲੀਟੀਕਲੀ ਸਟੰਟ ਆ ਕਿ ਅੱਜ ਸਾਡੀ ਕੌਮ ਬੜੇ ਡਿਵੀਜ਼ਨ ਵਿੱਚ ਬਦਲ ਗਈ ਆ, ਸੰਗਤ ਨੂੰ ਸਮਝ ਨਹੀਂ ਆਉਂਦੀ ਵੀ ਕਿੱਧਰ ਜਾਈਏ। ਇੱਕ ਪਾਸੇ ਨੇ ਟਕਸਾਲੀ ਨੇ, ਕਿ ਟਕਸਾਲੀ ਕਹਿ ਦਿੱਤਾ ਜਾਂਦਾ ਵੀ ਤੂੰ ਕਿਹਨੂੰ ਬਿਲੋਂਗ ਕਰਦਾ, ਟਕਸਾਲੀਆਂ ਨੂੰ ਬਿਲੋਂਗ ਕਰਦਾ, ਸਿੱਖ ਸਿੱਖ ਹੋ ਕੇ ਅੱਗੇ ਹੋਰ ਇੱਕ ਡਿਵੀਜ਼ਨ ਕਰ ਦਿੱਤੀ ਗਈ, ਇੱਕ ਤਾਂ ਜਾਤ ਪਾਤ ਦਾ ਹੋ ਗਿਆ, ਇੱਕ ਇਹ ਵੱਖਰਾ ਬਖੇੜਾ ਜਿਹੜਾ ਖੜਾ ਹੋ ਗਿਆ, ਜਾਗਰੂਕ ਹੋ ਗਿਆ, ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਇੱਕ ਉੱਧਰ ਹੋ ਗਏ, ਮਿਸ਼ਨਰੀ ਹੋ ਗਏ, ਤੁਸੀਂ ਇਸ ਨੂੰ ਕਿੱਦਾਂ ਸਮਝਦੇ ਹੋ ਕਿ ਇਹ ਕਿਉਂ ਇੱਦਾਂ ਹੋਇਆ? ਇਹ ਵੀ ਇੱਕ RSS ਦਾ ਕਾਰਨ ਹੈਗਾ ਵਿੱਚ ਭੂਮਿਕਾ ਹੈਗੀ, ਜਾਂ ਇਹਨੂੰ ਕਿੱਦਾਂ ਇਕੱਠਿਆ ਕੀਤਾ ਜਾ ਸਕਦਾ? ਵੇਖੋ ਵਿੱਚ, ਮੈਂ ਨਹੀਂ ਕਹਿੰਦਾ ਕਿ ਹਰ ਗੱਲ ਦੇ ਵਿੱਚ RSS ਜਿਹੜੀ ਆ ਉਹਦੀ ਹੀ ਭੂਮਿਕਾ ਹੁੰਦੀ ਹੈ, ਅਤੇ ਸਾਡੇ ਵਿੱਚ ਜਿਹੜੀਆਂ ਨੇ ਫੇਅਰ ਡਿਵੀਜ਼ਨਸ ਹੁੰਦੀਆਂ ਨੇ। ਜੀ, ਮੈਂ ਸੋਚਦਾ ਕਈ ਵਾਰੀ ਸਾਡੀਆਂ ਜਿਹੜੀਆਂ ਨਿੱਜੀ ਅਤੇ ਸਾਡੀਆਂ ਜਿਹੜੀਆਂ ਕਹਿ ਸਕਦੇ ਹੋ ਕਿ ਇੰਡੀਵਿਜੁਅਲ ਜਿਹੜੀਆਂ ਭਾਵਨਾਵਾਂ ਇਵੇਂ ਦੀਆਂ ਹੁੰਦੀਆਂ ਨੇ ਕਿ ਅਸੀਂ ਇਵੇਂ ਦਾ ਕਾਰਜ ਕਰਦੇ ਹਾਂ ਕਿ ਇੰਝ ਲੱਗਦਾ ਕਿ ਕੋਈ ਸਾਡੇ ਪਿੱਛੋਂ ਕਰਵਾ ਰਿਹਾ। ਸੋ ਸਾਡੇ ਕੋਲ ਸਬੂਤ ਕੋਈ ਨਹੀਂ ਹੁੰਦਾ ਕਿ RSS ਕਰਵਾ ਰਹੀ ਹੈ, ਪਰ ਮੈਂ ਕਹਿੰਦਾ ਕਿ ਜਦੋਂ ਅਸੀਂ ਸਮੁੱਚੀ ਕੌਮ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਗਟ ਦਿਹਾੜਾ ਮਨਾ ਰਹੀ ਸੀ, ਅਤੇ ਉਸ ਸਮੇਂ ਦੇ ਵਿੱਚ ਕੌਮ ਦੀਆਂ ਜਿਹੜੀਆਂ ਇਵੇਂ ਦੀਆਂ ਡਿਸੀਜਨਸ ਪੈਦਾ ਹੋਣੀਆਂ ਕਿ ਟਕਸਾਲੀ ਵੱਖਰੇ ਨੇ, ਮਿਸ਼ਨਰੀ ਵੱਖਰੇ ਨੇ, ਅਪਗ੍ਰੇਡ ਵੱਖਰੇ ਨੇ, ਇਹ ਜਿਹੜੀਆਂ ਸਾਰੀਆਂ ਸਾਡੇ ਅੰਦਰ ਮਤਭੇਦ ਪੈਦਾ ਹੋਏ ਨੇ, ਮੈਂ ਸੋਚਦਾ ਕਿ ਜੇਕਰ ਸਾਡਾ ਕੌਮ ਪ੍ਰਤੀ ਸਮਰਪਿਤ ਹੈ ਜਾਂ ਅਸੀਂ ਕੌਮ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਕੌਮ ਦੀ ਚੜ੍ਹਦੀ ਕਲਾ ਨੂੰ ਚਾਹੁੰਦੇ ਹਾਂ, ਤਾਂ ਮੈਨੂੰ ਨਹੀਂ ਲੱਗਦਾ ਕਿ ਸਮੱਸਿਆਵਾਂ ਬਹੁਤ ਵੱਡੀਆਂ ਨੇ। ਸਾਡੇ ਵਿਦਵਾਨਾਂ ਨੂੰ ਇਕਜੁੱਟ ਹੋ ਕੇ ਬਹਿ ਜਾਣਾ ਚਾਹੀਦਾ, ਪਰ ਪ੍ਰੋਬਲਮ ਉੱਥੇ ਆਉਂਦੀ ਹੈ ਜਿੱਥੇ ਬਹੁਤੇ ਸਾਡੇ ਸਕਾਲਰ ਵਿਦਵਾਨ ਜਾਂ ਪ੍ਰਚਾਰਕ ਇਵੇਂ ਦੇ ਨੇ ਜਿਹੜੇ ਕਹਿੰਦੇ ਅਸੀਂ ਕਿਸੇ ਨਾਲ ਬਹਿਣਾ ਨਹੀਂ ਚਾਹੁੰਦੇ। ਮੈਂ ਕਹਿੰਦਾ ਜਿੰਨਾ ਚਿਰ ਅਸੀਂ ਬੈਠਾਂਗੇ ਨਹੀਂ ਉਹਨਾਂ ਚਿਰ ਇਹਨਾਂ ਸਮੱਸਿਆਵਾਂ ਦੇ ਹੱਲ ਨਹੀਂ ਨਿਕਲ ਸਕਦੇ। ਜੀ, ਸੋ ਐਸੀ ਪਹਿਲੀ ਗੱਲ ਤਾਂ ਤੁਸੀਂ ਕ੍ਰਿਸਚੈਨਿਟੀ ਤੋਂ ਲੈ ਕੇ ਬੁੱਧਿਜ਼ਮ ਜਾਂ ਤੁਸੀਂ ਇਸਲਾਮ ਦੀ ਗੱਲ ਕਰ ਲਓ, ਕੋਈ ਕੌਮ ਐਸੀ ਨਹੀਂ ਜਿਹਦੇ ਵਿੱਚ ਅੰਤਰ ਵਿਰੋਧ ਦੇ ਮੁੱਦੇ ਨਾ ਹੋਣ, ਪਰ ਉਹ ਅੰਤਰ ਵਿਰੋਧ ਦੇ ਮੁੱਦਿਆਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਨਹੀਂ ਉਭਾਰਦੇ ਜਿਸ ਤਰ੍ਹਾਂ ਅਸੀਂ ਆਪਣੀ ਕੌਮ ਦਾ ਜਲੂਸ ਕੱਢ ਰਹੇ ਹਾਂ। ਸੋ ਜੇ ਸਾਨੂੰ ਲੱਗਦਾ ਹੈ ਕਿ ਸਾਡੇ ਸਰੋਤਾਂ ਦੇ ਵਿੱਚ ਕਿਤੇ ਨਾ ਕਿਤੇ ਮਿਸਇੰਟਰਪ੍ਰੀਟੇਸ਼ਨ ਹੋਈ ਹੈ, ਤਾਂ ਮੇਰੇ ਖਿਆਲ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਜਿੰਨੀ ਵੱਡੀ ਟੈਕਨੋਲੋਜੀ ਹੈ ਅਤੇ ਸਾਰੀਆਂ ਧਿਰਾਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਅਤੇ ਆਪਣੇ ਇਤਿਹਾਸ ਨੂੰ ਐਡਿਟ ਕਰਕੇ ਰੀਰਾਈਟ ਕਰ ਲੈਣਾ ਚਾਹੀਦਾ, ਇਹ ਪ੍ਰੋਬਲਮ ਹੈ ਨਹੀਂ ਹੈ, ਇਸ ਨੂੰ ਖੜਾ ਕੀਤਾ ਜਾ ਰਿਹਾ। ਤੁਸੀਂ ਰੀਐਡਿਟ ਦੀ ਗੱਲ ਕੀਤੀ ਆ ਕਿ ਐਡਿਟ ਕਰ ਲੈਣਾ ਚਾਹੀਦਾ, ਸ਼੍ਰੀ ਗੁਰ ਅਸੂਰਜ ਪ੍ਰਕਾਸ਼ ਦੀ ਆਪਾਂ ਗੱਲ ਗ੍ਰੰਥ ਦੀ ਗੱਲ ਕਰ ਲਈਏ ਤੇ ਉਹਦੇ ਵਿੱਚ ਕਾਫ਼ੀ ਸਵਾਲ ਉਠਾਏ ਜਾ ਰਹੇ ਇਹਨਾਂ ਦਿਨਾਂ ਦੇ ਵਿੱਚ, ਅਤੇ ਉਹ ਮੂਸੇਵਾਲਾ ਤੋਂ ਸ਼ੁਰੂ ਹੋਇਆ ਫਿਰ ਬੜਾ ਤਕੜਾ ਵਿਵਾਦ ਜਿਹੜਾ ਬਣਿਆ, ਹੁਣ ਰੀਐਡਿਟ ਤਾਂ ਉਹਨੂੰ ਵੀ 2 ਵਾਰੀ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੀਤਾ ਗਿਆ, ਪਰ ਸਟਿਲ ਜਿਹੜਾ ਆ ਉਹਨੂੰ ਸੁਧਾਰਿਆ ਨਹੀਂ ਜਾ ਸਕਿਆ। ਅਤੇ ਜਿੱਦਾਂ ਪਹਿਲਾਂ ਵੀ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਵੀ ਸਾਡੇ ਕੋਲ ਇੱਦਾਂ ਦਾ ਕੋਈ ਸਰੋਤ ਹੈ ਹੀ ਨਹੀਂ ਜਿਹਦੇ ਵਿੱਚ ਪੇਪਰਵਾਦ ਨਹੀਂ ਹੈਗਾ, ਹੁਣ ਉਹਦੇ ਲਈ ਕੀ ਕ੍ਰਾਈਟੀਰੀਆ ਇਹ ਸੈੱਟ ਕੀਤਾ ਜਾਵੇ ਵੀ ਸਾਨੂੰ ਸਮਝਦਾ ਲੱਗੇ ਵੀ ਅਸੀਂ ਕਿਹਨੂੰ ਮੰਨੀਏ, ਕਿਹੜਾ ਸਾਡਾ ਇਤਿਹਾਸਿਕ ਸਰੋਤ ਹੈਗਾ, ਕੀ ਮੰਨੀਏ? ਵੇਖੋ ਵੀਰ ਜੀ, ਜਦੋਂ ਕੋਈ ਇਤਿਹਾਸਿਕ ਸਰੋਤ ਰਚਿਆ ਜਾਂਦਾ, ਸਪੋਜ਼ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਨਾ, ਇਹਦੇ ਪਿੱਛੇ ਪਿਛਲੇ ਕੁਝ ਸਮੇਂ 'ਚ ਵਾਪਰੀਆਂ ਘਟਨਾਵਾਂ ਨੇ, ਅਸੀਂ ਉਹਨਾਂ ਮੁੱਦਿਆਂ 'ਤੇ ਗੱਲ ਕਰ ਰਹੇ ਹਾਂ ਜੀ, ਹੈ ਨਾ। ਜਿੰਨਾ ਵੀ ਅੱਜ ਸਾਡੀ ਗੱਲਬਾਤ ਕਰਨ ਦਾ ਜਿਹੜਾ ਮੌਜੂ ਹੈ ਜੀ, ਉਹ ਇਹ ਹੈ ਕਿ ਸਮਾਜ 'ਚ ਵਾਪਰੀਆਂ ਕੁਛ ਘਟਨਾਵਾਂ, ਅਸੀਂ ਉਹਨਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਅੱਜ ਦੀ ਗੱਲ ਕਰ ਰਹੇ ਹਾਂ। ਇਸੇ ਸਮੇਂ ਜਦੋਂ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਲਿਖ ਰਿਹਾ ਅਤੇ ਉਹ ਵੇਖ ਰਿਹਾ ਤਾਂ ਕੋਈ ਇਤਿਹਾਸ ਦੇ ਸੋਰਸ ਕਿਹੜੇ ਨੇ,
ਉਹਦੇ ਕੋਲ ਜਨਮ ਸਾਖੀ ਹੈ, ਬਾਲੇ ਵਾਲੀ ਜਨਮ ਸਾਖੀ ਹੈ, ਰਹਿਤਨਾਮੇ ਨੇ ਅਤੇ ਮਹਿਮਾ ਪ੍ਰਕਾਸ਼ ਹੈ, ਅਤੇ ਉਹਨਾਂ ਦੇ ਵਿੱਚ ਉਹ ਬ੍ਰਾਹਮਣਵਾਦ ਹੈ। ਸੋ ਜਿਹਦੇ ਜਿਹੜੇ ਬੇਸਿਕ ਸੋਰਸ ਨੇ, ਜਦੋਂ ਉਹਨਾਂ ਦੇ ਵਿੱਚ ਹੀ ਉਹ ਵਿਪਰਵਾਦੀ ਮਿਲਾਵਟ ਹੋਊਗੀ ਤਾਂ ਓਬਵੀਅਸਲੀ ਜਿਹੜੀ ਲਿਖਤ ਸਾਹਮਣੇ ਆਊਗੀ ਉੱਚ ਵਿਪਰਵਾਦ ਹੋਵੇਗਾ। ਸੋ ਇਹ ਕੇਵਲ ਅਤੇ ਕੇਵਲ, ਮੈਂ ਇਹ ਨਹੀਂ ਕਹਿੰਦਾ ਕਿ ਸੂਰਜ ਪ੍ਰਕਾਸ਼ ਗ੍ਰੰਥ ਨੂੰ ਹੀ ਰੀਐਡਿਟ ਕਰਕੇ ਉਹਦੇ 'ਚੋਂ ਉਹ ਅੰਸ਼ ਜਿਹੜੇ ਗੁਰਮਤ ਅਨੁਸਾਰ ਨਹੀਂ ਹੈਗੇ ਉਹਨਾਂ ਨੂੰ ਐਡਿਟ ਕੀਤਾ ਜਾਵੇ, ਬਲਕਿ ਜਿਹੜਾ ਉਹਦਾ ਬੇਸ ਨੇ ਸਾਨੂੰ ਉਹਨਾਂ ਨੂੰ ਵੀ ਐਡਿਟ ਕਰਨ ਦੀ ਲੋੜ ਹੈ। ਅਤੇ ਮੈਂ ਸੋਚਦਾ ਕਿ ਕੋਈ ਇੰਨੀ ਵੱਡੀ ਸਮੱਸਿਆ ਨਹੀਂ ਹੈ ਅੱਜ ਦੇ ਸਮੇਂ ਦੇ ਵਿੱਚ। 10 ਸਕੋਲਰ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੇ 3300 ਸਕੋਲਰ ਮਿਥਿਹਾਸ ਨੂੰ ਇਤਿਹਾਸ ਬਣਾਉਣ ਦੇ ਵਿੱਚ ਲੱਗਾ ਤਾਂ ਕੀ ਸਾਡੇ 10 ਸਕੋਲਰ ਇਤਿਹਾਸ ਦੇ ਸਰੋਤਾਂ ਨੂੰ ਸੰਭਾਲ ਨਹੀਂ ਸਕਦੇ? ਕਾਰਜ ਕੋਈ ਔਖਾ ਨਹੀਂ ਹੈ। ਸਮੱਸਿਆ ਇਹ ਹੈ ਕਿ ਜੋ ਮੈਨੂੰ ਲੱਗਦਾ, ਤੁਸੀਂ ਵੀ ਸ਼ਾਇਦ ਵੇਖਿਆ ਹੋਵੇਗਾ, ਕਿ ਸੋਸ਼ਲ ਮੀਡੀਆ ਦੇ ਉੱਪਰ ਸਾਡੀ ਮਾਨਸਿਕਤਾ ਨੂੰ ਇੱਕ ਚੀਜ਼ ਪ੍ਰਭਾਵਿਤ ਕਰਦੀ ਹੈ, ਉਹ ਹੈ ਨਕਾਰਾਤਮਕ ਨਜ਼ਰੀਆ ਅਤੇ ਕਿਸੇ ਵੀ ਚੀਜ਼ ਦੇ ਬਾਰੇ ਇੱਕ ਸਸਪੈਂਸ ਪੈਦਾ ਕਰਨਾ। ਕੋਈ ਵੀ ਪ੍ਰਚਾਰਕ, ਕੋਈ ਵੀ ਖਬਰ ਵਾਲਾ ਜਗਰਤੀ ਜਾਂ ਵੈੱਬ ਚੈਨਲ, ਉਹ ਖਬਰ ਨੂੰ ਇਸ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ 'ਚ ਪੇਸ਼ ਕਰਦਾ ਕਿ ਉਹਦਾ ਨਿਸ਼ਾਨਾ ਜਾਣਕਾਰੀ ਦੇਣੀ ਨਹੀਂ ਹੁੰਦੀ, ਉਹਦਾ ਨਿਸ਼ਾਨਾ ਲਾਈਕ ਅਤੇ ਆਪਣੇ ਕਲਿੱਕ ਲੈਣੇ ਹੁੰਦਾ। ਸੋ ਉਹਦੇ ਵਿੱਚੋਂ ਜਿਹੜੀ ਸਾਡੀ TRP ਲੈਣ ਦੀ ਦੌੜ ਵੱਧਦੀ ਜਾ ਰਹੀ ਹੈ, ਉਹ ਨਕਾਰਾਤਮਕ ਰੂਪ ਦੇ ਉੱਪਰ ਜ਼ਿਆਦਾ ਕੰਸਟਰੇਟ ਕਰ ਰਹੀ ਹੈ। ਜੇ ਅਸੀਂ ਸਕਾਰਾਤਮਕ ਰੂਪ 'ਚ ਕੰਸਟਰੇਟ ਕਰੀਏ ਤਾਂ ਮੈਂ ਕਹਿੰਦਾ ਇਹ ਜਿਹੜੀਆਂ ਦੋਵੇਂ ਧਿਰਾਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਮੁੱਦੇ ਉੱਪਰ ਲੜ ਰਹੀਆਂ ਨੇ ਨਾ, ਇਹ ਮੇਰੇ ਸਾਹਮਣੇ ਦੋਵੇਂ ਤਰ੍ਹਾਂ ਬੈਠ ਜਾਣ ਤਾਂ ਇਸ ਮੁੱਦੇ ਨੂੰ 2 ਦਿਨਾਂ 'ਚ ਵਿਦਵਾਨਾਂ ਦੀ ਹਾਜ਼ਰੀ 'ਚ ਖਤਮ ਕੀਤਾ ਜਾ ਸਕਦਾ। ਇਹ ਵਿਵਾਦ ਦਾ ਮੁੱਦਾ ਹੈ ਹੀ ਨਹੀਂ ਹੈ ਜੀ। ਸਮੱਸਿਆ ਇਹ ਕਿ ਅਸੀਂ ਸਿਰ ਜੋੜ ਕੇ ਬੈਠਣਾ ਨਹੀਂ ਚਾਹੁੰਦੇ ਜੀ। ਅਤੇ ਹੁਣ ਦੇਖਦੇ ਹਾਂ ਕਿ ਸਿਰ ਜੋੜ ਕੇ ਕਦੋਂ ਆਪਾਂ ਬੈਠਦੇ ਹਾਂ। ਪਰ ਇੱਕ ਲਾਸਟ ਮੈਂ ਸਵਾਲ ਇਹ ਕਰ ਦਵਾਂ ਕਿ ਅੱਜ ਦਾ ਤੁਸੀਂ ਗੱਲ ਕਿਹਾ ਵੀ ਐਡਿਟ ਕਰਨੀ ਕੋਈ ਏਡੀ ਵੱਡੀ ਗੱਲ ਨਹੀਂ। ਹਾਂ ਬਿਲਕੁਲ। ਪਹਿਲਾਂ ਤੁਸੀਂ ਜ਼ਿਕਰ ਕੀਤਾ ਵੀ ਸੰਪਰਦਾਵਾਂ ਨੂੰ ਸਮੱਸਿਆ ਹੈਗੀ ਕੈਲੰਡਰ ਦੇ ਵਿੱਚ। ਸੰਪਰਦਾਵਾਂ ਨੂੰ ਜਾਂ ਡੇਰਿਆਂ ਨੂੰ ਕੁਸ਼ਕ ਨੂੰ, ਉਹਨਾਂ ਨੂੰ ਇਹ ਸਮੱਸਿਆ ਇਹਦੇ ਵਿੱਚ ਹੈਗੀ ਵੀ ਉਹਨਾਂ ਨੇ ਐਡਿਟ ਹੋਣ ਨਹੀਂ ਦੇਣਾ। ਮੈਨੂੰ ਨਹੀਂ ਲੱਗਦਾ ਕਿ ਵੇਖੋ ਓਰਲ ਐਡੀਟਿੰਗ ਡੇਰਿਆਂ ਵਾਲੇ ਵੀ ਕਰਦੇ ਰਹੇ ਨੇ। ਜਦੋਂ ਡੇਰਿਆਂ ਦੇ ਵਿੱਚ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਸੀ ਤਾਂ ਜਦੋਂ ਉਸ ਕਥਾ ਦੇ ਬਾਰੇ ਵਿਦਵਾਨਾਂ ਨੂੰ ਜਾਂ ਜਿਹੜੇ ਕਥਾਵਾਚਕ ਸੀ ਤਿਆਰ ਕੀਤਾ ਜਾਂਦਾ ਸੀ ਅਤੇ ਬਕਾਇਦਾ ਸਮਝਾਇਆ ਜਾਂਦਾ ਸੀ ਕਿ ਇਸ ਗੱਲ ਨੂੰ ਛੱਡਣਾ, ਇਸ ਗੱਲ ਨੂੰ ਰੱਖਣਾ। ਸੋ ਜੇ ਅਸੀਂ ਓਰਲ ਐਡੀਟਿੰਗ ਦੇ ਵਿੱਚ ਇਸ ਤਰ੍ਹਾਂ ਕਰਦੇ ਹਾਂ ਤਾਂ ਉਸਨੂੰ ਰਿਟਰਨ ਦੇ ਵਿੱਚ ਵੀ ਕੀਤਾ ਜਾ ਸਕਦਾ, ਅਤੇ ਰਿਟਰਨ ਦੇ ਵਿੱਚ ਕਰ ਲਈਏ ਤਾਂ ਮੈਂ ਸੋਚਦਾ ਕੌਮ ਦੀ ਸਮੱਸਿਆ ਜਿਹੜੀ ਹੈ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਖਤਮ ਜੀ। ਪਰਮਾਨੈਂਟ ਸੋਲੂਸ਼ਨ ਡਾਕਟਰ ਸਾਹਿਬ ਨੇ ਦਿੱਤਾ। ਅਤੇ ਡਾਕਟਰ ਸਾਹਿਬ ਗੱਲਾਂ ਬਹੁਤ ਸੀ, ਬੜਾ ਦਿਲ ਲੱਗਾ ਸਾਡੇ ਨਾਲ ਗੱਲਾਂ ਕਰਕੇ ਅਤੇ ਬੜਾ ਕੁਛ ਸਿੱਖਣ ਨੂੰ ਮਿਲਿਆ। ਅਤੇ ਆਸ ਕਰਦੇ ਹਾਂ ਕਿ ਤੁਸੀਂ ਜਦੋਂ ਵੀ ਕਿਤੇ ਬ੍ਰਿਸਬੇਨ ਆਓ ਅਤੇ ਸਾਡੇ ਇਸ ਸਟੂਡੀਓ ਦੇ ਵਿੱਚ ਆਓ ਅਤੇ ਸਾਡੇ ਦਰਸ਼ਕਾਂ ਤੱਕ ਜਿਹੜੀਆਂ ਆਪਣੀਆਂ ਅਨਮੋਲ ਖੋਜਾਂ ਨੇ ਉਹ ਜ਼ਰੂਰ ਪਹੁੰਚਾਓ। ਅਤੇ ਦੋਸਤੋ, ਇਹ ਸਨ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਸਾਹਿਬ, ਅਤੇ ਜਿਨ੍ਹਾਂ ਨੇ ਕਾਫੀ ਰਿਸਰਚ ਕੀਤੀ ਆ ਅਤੇ ਕਾਫੀ ਲੌਜਿਕ ਦੇ ਬੇਸ ਦੇ ਉੱਤੇ, ਫੈਕਟ ਦੇ ਉੱਤੇ ਜਿਹੜੀਆਂ ਅੱਜ ਗੱਲਾਂ ਇਸ ਇੰਟਰਵਿਊ ਦੇ ਵਿੱਚ ਹੋਈਆਂ। ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ, ਅਗਲੇ ਹਫ਼ਤੇ ਫਿਰ ਮਿਲਾਂਗੇ ਕਿਸੇ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।